ਸੇਵਿਆ ਧੰਨ ਜਨਮ ਪਰਵਾਨ ਜਿਨ੍ਹਾਂ ਸਤਿਗੁਰੂ ਜੀਵਦਿਆਂ ਮੋਇਆ ਨਾ ਵਿਸਰੈ ਸੇਈ ਪੁਰਖ ਸੁਜਾਨ ਕੋਲੇ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਨ ਗੁਰਮੁਖ ਮੋਏ ਜੀਵਨ ਦੇ ਪ੍ਰਵਾਨ ਹੈ ਮਨ ਮੁਖ ਜਨਮ ਮਰਾਹੇ ਨਾਨਕ ਮੋਏ ਨਾ ਆਖੀਏ ਜੇ ਗੁਰ ਕੈ ਸ਼ਬਦ ਸਮਾਹੇ ਗੁਰਮੁਖ ਮੂਏ ਜੀਵਨ ਦੇ ਪ੍ਰਵਾਨ ਹੈ ਗੁਰਮੁਖ ਮੂਏ ਜੀਵਨ ਦੇ ਪ੍ਰਵਾਨ ਹੈ ਮਨ ਮੁਖ ਜਨਮ ਮਰਾਹੇ ਨਾਨਕ ਮੂਏ ਨਾ ਆਖੀਏ ਨਾਨਕ ਮੂਏ ਨਾ ਆਖੀਏ ਜੇ ਗੁਰੂ ਕੈ ਸ਼ਬਦ ਸਮਾਹੇ ਜੇ ਗੁਰ ਕੈ ਸ਼ਬਦ ਸਮਾਹੇ ਜੇ ਗੁਰੂ ਕੈ ਨਾਨਕ ਮੂਏ ਨਾ ਆਖੀਏ ਨਾਨਕ ਮੂਏ ਨਾ ਆਖੀਏ ਨਾਨਕ ਨਾਨਕ ਮੂਏ ਨਾ ਆਖੀਏ ਨਾਨਕ ਮੂਏ ਨਾ ਆਖੀਏ ਨਾਨਕ ਜੀ ਗੁਰੂ ਕੈ ਸ਼ਬਦ ਸਮਾਹੇ ਜੇ ਗੁਰ ਕੈ ਸ਼ਬਦ ਸਮਾਹੇ ਜੇ ਗੁਰੂ ਕੈ ਜੇ ਗੁਰ ਕੈ ਸ਼ਬਦ ਸਮਾਹੇ ਜੇ ਗੁਰ ਕੈ ਸ਼ਬਦ ਸਮਾਹੇ ਗੁਰ ਕੈ ਸ਼ਬਦ ਜੁੜ ਬੈਠੇ ਹੋਏ ਸਾਰੇ ਕਿਰਪਾ ਕਰੋ ਪਿਆਰ ਨਾਲ ਫਤਿਹ ਬੁਲਾਈਏ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਸਾਹਿਬ ਭਾਈ ਮੇਵਾ ਸਿੰਘ ਜੀ ਗਿਆਨੀ ਮੇਵਾ ਸਿੰਘ ਜੀ ਭਾਈ ਜਸਵੀਰ ਸਿੰਘ ਜੀ ਖਾਲਸਾ ਸ਼ਹੀਦ ਅਕਾਲੀ ਫੂਲਾ ਸਿੰਘ ਇਹਨਾਂ ਸਾਰਿਆਂ ਦੇ ਬਾਬਤ ਨਾਲ ਲਗਾਤਾਰ 6 ਦਿਨ ਆਪਾਂ ਨੇ ਵਿਚਾਰਾਂ ਕੀਤੀਆਂ ਨੇ ਅੱਜ ਮੇਰੇ ਅੰਦਰ ਇੱਕ ਖਿਆਲ ਆਇਆ ਕਿ ਮਰਦ ਭਰਾਵਾਂ ਦਾ ਜ਼ਿਕਰ ਤਾਂ ਅਸੀਂ ਕੀਤਾ ਭਾਵੇਂ ਲਛਮਣ ਸਿੰਘ ਜੀ ਭਾਈ ਸਾਹਿਬ ਹੋਰਾਂ ਦੇ ਜ਼ਿਕਰ ਰੂਪ ਦੇ ਵਿੱਚ ਭਾਵੇਂ ਬਾਬਾ ਟਹਿਲ ਸਿੰਘ ਜੀ ਦੇ ਰੂਪ ਦੇ ਵਿੱਚ ਭਾਵੇਂ ਗਿਆਨੀ ਭਾਈ ਦਲੀਪ ਸਿੰਘ ਜੀ ਹੋਰਾਂ ਦੇ ਰੂਪ ਦੇ ਵਿੱਚ ਭਾਵੇਂ ਹੋਰਨਾਂ ਦੇ ਰੂਪ ਦੇ ਵਿੱਚ ਪਰ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਨਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਵਿੱਚ ਜੈਤੋ ਗੰਗਸਰ ਦੇ ਮੋਰਚੇ ਵਿੱਚ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਜਾਂ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਭਲਾ ਬੀਬੀਆਂ ਦਾ ਵੀ ਕੋਈ ਯੋਗਦਾਨ ਰਿਹਾ ਮੇਰਾ ਇਸ ਪਾਸੇ ਧਿਆਨ ਗਿਆ ਮੈਂ ਸੰਭਵ ਹੈ ਕਿ ਤੁਸਾਂ ਨੇ ਜ਼ਰੂਰ ਪਹਿਲਾਂ ਵੀ ਧਿਆਨ ਕਦੀ ਕੀਤਾ ਹੋਵੇ ਕਿ ਸਾਡੀਆਂ ਬੀਬੀਆਂ ਨੇ ਵੀ ਬਹੁਤ ਨੁਮਾਇਆ ਰੋਲ ਨੁਮਾਇਆ ਤੋਂ ਪਾਬੰਦ ਹੈ ਖਾਸ
ਬਹੁਤ ਖਾਸ ਰੋਲ ਅਦਾ ਕੀਤਾ ਹੈ। ਕੁਝ ਮਿੰਟਸ ਜਿਤਨਾ ਕੁ ਚਿਰ ਤੁਸੀਂ ਬੈਠੇ ਹੋ ਇਕਾਗਰ ਚਿੱਤ ਹੋ ਕੇ, ਤੁਸੀਂ ਬੈਠੇ ਰਹੋਗੇ ਪ੍ਰਵਾਹ ਚੱਲਦਾ ਰਹੇਗਾ। ਜਿਸ ਵੇਲੇ ਤੁਸੀਂ ਥੋੜ੍ਹੇ ਜਿਹੇ ਉਤਾਵਲੇ ਹੋ ਗਏ ਤਾਂ ਆਪਾਂ ਫਤਿਹ ਬੁਲਾ ਦੇਵਾਂਗੇ ਉਸੇ ਵੇਲੇ, ਜਿਵੇਂ ਮੈਂ ਪਹਿਲਾਂ ਤੁਹਾਡੇ ਨਾਲ ਵਾਅਦਾ ਕੀਤਾ। ਸਤਿਗੁਰੂ ਜੀ ਨੇ ਜਿਹੜਾ ਇਹ ਬਚਨ ਕੀਤਾ ਹੈ ਨਾ, ਆਪਾਂ ਹੁਣੇ ਚੇਤੇ ਕੀਤਾ, ਸਫਲੇ ਉਹ ਸਤਿਗੁਰ ਸੇਵੇ ਆ ਧਨ ਜਨਮ ਪ੍ਰਵਾਨ, ਤੀਜੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ। ਸਾਰੇ ਬਚਨ ਦੇ ਵਿੱਚ, ਵੈਸੇ ਤਾਂ ਬਾਕੀ ਬਚਨਾਂ ਵਿੱਚ ਵੀ ਐਸਾ ਹੀ ਹੈ, ਅਤੇ ਇਸ ਵਿੱਚ ਵੀ ਇਹ ਹੈ, ਪੁਰਸ਼ ਜਾਂ ਇਸਤਰੀ ਦਾ ਕੋਈ ਜ਼ਿਕਰ ਨਹੀਂ ਹੈ। ਜਿਹੜਾ ਵੀ ਸੇਵਾ ਦੇ ਵਿੱਚ ਤੁਰ ਪਿਆ, ਸੇਵਾ ਵਾਲੇ ਪਾਸੇ ਤੁਰ ਪਿਆ, ਉਹਦਾ ਜਨਮ ਧੰਨ ਹੋ ਗਿਆ। ਕਿੰਨਾ ਦਾ, ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆ ਨਾ ਵਿਸਰੈ ਸਹੀ ਪੁਰਖ ਸੁਜਾਨ। ਇੱਥੇ ਪੁਰਖ ਪੁਰਸ਼ ਸ਼ਬਦ ਦਾ ਜ਼ਿਕਰ ਆਇਆ, ਪਰ ਇਹ ਸਾਂਝਾ ਹੈ, ਗੁਰਬਾਣੀ, ਗੁਰੂ ਕਾ ਵਚਨ, ਗੁਰੂ ਕਾ ਉਪਦੇਸ਼, ਇਹ ਸਾਂਝਾ ਹੈ। ਕੋਲੇ ਉਧਾਰੇ ਆਪਣਾ ਸੋ ਜਨ ਸੇ ਜਨ ਹੋਵੇ ਪ੍ਰਵਾਨ, ਆਪਣਾ ਖਾਨਦਾਨ ਦਾ ਉਧਾਰ ਕਰ ਲੈਂਦਾ ਹੈ ਉਹ ਜਨ ਸੇਵਕ ਪ੍ਰਵਾਨ ਹੋ ਜਾਂਦਾ ਹੈ, ਪ੍ਰਵਾਨ ਹੈ। ਫਿਰ ਆਖੇ ਗੁਰਮੁਖ ਮੂਏ ਜੀਵਨ ਦੇ ਪ੍ਰਵਾਨ ਹੈ। ਵਾਹਿਗੁਰੂ। ਇੱਕ ਉਹ ਨੇ ਜਿਹੜੇ ਨਾ ਪੁੱਗ ਜਾਂਦੇ ਨੇ ਅਖੀਰ ਵੇਲੇ, ਕੁਝ ਉਹ ਨੇ ਜਿਹੜੇ ਪੁੱਗਣਾ ਚਾਹੁੰਦੇ ਨੇ ਪਰ ਮੌਕਾ ਨਹੀਂ ਬਣ ਰਿਹਾ। ਇੱਕ ਉਹ ਹੈ ਜੋ ਜਲ ਕੇ ਖਾਕ ਹੋ ਗਏ, ਜੋ ਤੜਪੇ, ਜੋ ਜਲਨੇ ਕੇ ਲੀਏ ਤੜਪੇ ਵੋ ਪ੍ਰਵਾਨਾ ਵੀ ਬਿਹਤਰ ਹੈ। ਜੋ ਜਲ ਕੇ ਖਾਕ ਹੋ ਗਏ ਵੋ ਖੁਸ਼ਕਿਸਮਤ ਸਹੀ, ਲੇਕਿਨ ਜੋ ਜਲਨੇ ਕੇ ਲੀਏ ਤੜਪੇ ਵੋ ਪ੍ਰਵਾਨਾ ਵੀ ਬਿਹਤਰ ਹੈ, ਅੱਛਾ ਹੈ। ਮੈਂ ਜੇ ਇਉਂ ਆਖਾਂ ਨਾ ਕਿ ਸਿੰਘ ਗਏ ਮੋਰਚਿਆਂ ਦੇ ਵਿੱਚ, ਹਾਂਜੀ ਸਿੰਘਣੀਆਂ ਨਹੀਂ ਗਈਆਂ ਨਾਲ, ਪਰ ਸਿੰਘ ਇਵੇਂ ਸਫਲ ਹੋ ਸਕਦੇ ਸਨ ਜੇ ਉਹਨਾਂ ਦੀ ਪਰਿਵਾਰ ਦੀ ਸੰਭਾਲ ਕਰਨ ਵਾਲੇ ਪਿੱਛੇ ਸਿੰਘਣੀਆਂ ਘਰ ਨਾ ਟਿਕੀਆਂ ਹੋਈਆਂ ਹੋਣ ਤਾਂ ਸੰਭਵ ਹੋ ਸਕਦਾ ਸੀ। ਮਰਦਾਂ ਨੂੰ ਤਿਆਰ ਕਰਕੇ ਤੋਰਨਾ ਕਿਸ ਦਾ ਜ਼ਿੰਮਾ ਹੁੰਦਾ ਹੈ? ਘਰ ਦੀ ਸੰਭਾਲ ਕਰਨੀ ਕਿਸ ਦਾ ਜ਼ਿੰਮਾ ਹੁੰਦਾ ਹੈ? ਨਿਸੰਦੇਹ ਜਦੋਂ ਅਸੀਂ ਧਿਆਨ ਕਰਾਂਗੇ ਨਾ ਤਾਂ ਜਿਹੜੀਆਂ ਸਾਡੀਆਂ ਸਿੱਖ ਬੀਬੀਆਂ ਨੇ ਉਹ ਪਿੱਛੇ ਰਹਿ ਕੇ ਪੂਰੀ ਤਿਆਰੀ ਕਰਦੀਆਂ ਨੇ, ਪਿੱਛੇ ਪਿੱਛੇ ਰਹਿ ਕੇ। ਜੇ ਕਿਤੇ ਪਿੱਛੇ ਰਹਿਣ ਦੀ ਉਹਨਾਂ ਦੀ ਇੱਕ ਮਜਬੂਰੀ ਨਾ ਹੋਵੇ ਨਾ ਤਾਂ ਮਤ ਸੋਚਣਾ ਕਿ ਉਹ ਸ਼ਹਾਦਤ ਦੇ ਖੇਤਰ ਵਿੱਚ ਵੀ ਕਦੀ ਪਿੱਛੇ ਰਹਿਣਾ ਚਾਹੁੰਦੀਆਂ। ਨਹੀਂ, ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਹੈ। ਸਾਡੇ ਇਤਿਹਾਸ ਦੇ ਵਿੱਚ ਬਹੁਤ ਖਾਸ ਜ਼ਿਕਰ ਹੈ ਬੀਬੀਆਂ ਦੇ ਬਾਬਤ, ਬਹੁਤ ਖਾਸ। ਅਰੇ ਐਵੇਂ ਐਵੇਂ ਨਹੀਂ, ਜਦੋਂ ਕਿਤੇ ਨਾ ਉਹਨਾਂ 'ਤੇ ਗੁਣਾ ਪੈ ਗਿਆ ਨਾ, ਧਰਮ ਨਿਭਾਉਣ ਵਾਲਾ ਡਟ ਕੇ ਨਿਭਾਇਆ ਉਹਨਾਂ ਨੇ ਡਟ ਕੇ। ਔਰ ਇਸੇ ਲਈ ਅਰਦਾਸ ਵਿੱਚ ਉਹਨਾਂ ਨੂੰ ਬੜੇ ਸਤਿਕਾਰ ਨਾਲ ਚੇਤੇ ਕੀਤਾ ਜਾਂਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਭੈਣ ਯਾਦ ਰੱਖਿਓ ਜੇ ਤੁਸੀਂ, ਗੁਰੂ ਨੇ ਨਹੀਂ ਭੁਲਾਇਆ, ਗੁਰੂ ਪੰਥ ਨੇ ਤੁਹਾਨੂੰ ਭੁਲਾਇਆ ਨਹੀਂ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਅਤੇ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਕਿਤਨੇ ਸਾਰੇ ਸਿੰਘ ਨੇ, ਮੈਂ ਕਿਹਨਾਂ ਦਾ ਜ਼ਿਕਰ ਕਰਾਂ, ਨਨਕਾਣਾ ਸਾਹਿਬ ਤੋਂ ਨਾ ਮੈਂ ਜਿਸ ਵੇਲੇ ਦੇਖ ਰਿਹਾ ਸਾਂ, ਪੜ੍ਹ ਰਿਹਾ ਸਾਂ ਅਤੇ ਮੇਰੇ ਇੱਕਦਮ ਨਾ ਕਲਿੱਕ ਕੀਤੀ ਗੱਲ, ਬੰਡਾਲਾ ਚੱਕ 71 ਦੇ ਨਾ ਚਾਰ ਸਿੰਘ ਆਏ ਨਨਕਾਣਾ ਸਾਹਿਬ ਅਤੇ ਚਾਰੇ ਸ਼ਹੀਦ ਹੋਏ। ਉਹ ਜਿਹੜੇ ਚਾਰ ਸਿੰਘ ਆਏ ਨਾ, ਦੋ ਇੱਕ ਪਰਿਵਾਰ 'ਚੋਂ ਸਨ ਭਰਾ, ਦੋ ਦੂਜੇ ਪਰਿਵਾਰ ਵਿੱਚੋਂ ਸਨ ਭਰਾ, ਸੰਮਾ ਸਿੰਘ ਅਤੇ ਬਾਰਾ ਸਿੰਘ ਇੱਕ ਪਰਿਵਾਰ ਵਿੱਚੋਂ ਨੇ।
ਅਤੇ ਇੱਛਰ ਸਿੰਘ ਅਤੇ ਧਰਮ ਸਿੰਘ ਇਹ ਦੂਜੇ ਪਰਿਵਾਰ ਵਿੱਚੋਂ ਹੈ। ਮੈਂ ਨਾ ਸਿਰਫ ਧਰਮ ਸਿੰਘ ਦੀ ਗੱਲ ਲਵਾਂਗਾ ਹੁਣ ਸੰਕੇਤ ਮਾਤਰ। ਇਹ ਸਾਰੇ ਯੋਧ ਨੇ ਅਤੇ ਬਹੁਤ ਸੁੰਦਰ ਗਾਥਾਵਾਂ ਨੇ। ਫਿਰ ਸੇ ਕਦੀ ਜਿਸ ਵੇਲੇ ਤਿਆਰ ਹੋ ਪਏ ਨਾ ਧਰਮ ਸਿੰਘ ਅਤੇ ਕਾਲੀ ਦਸਤਾਰ ਸਜਾ ਰਹੇ ਸਨ ਉਸ ਵੇਲੇ, ਅਤੇ ਸਿੰਘਣੀ ਕੋਲ ਆ ਕੇ ਖੜੋਤੀ, ਕਹਿੰਦੀ ਹੈ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਹੈ ਕਿ ਜਦੋਂ ਤੁਸੀਂ ਕਾਲੀ ਪੱਗ ਰੰਗਾਉਣ ਚੱਲੇ ਸੋ, ਹੈਂ ਪਹਿਲਾਂ ਕਾਲੀਆਂ ਨਹੀਂ ਬਣਦੇ ਸਨ, ਆਮ ਤੌਰ 'ਤੇ ਚਿੱਟੀਆਂ ਬਣਦੇ ਸਨ ਅੰਗਰੇਜ਼ ਗਵਰਨਮੈਂਟ ਕਰਕੇ, ਕੁਛ ਪਿਛੋਕੜ ਹੈ ਇਸ ਦਾ। ਨੀਲੀਆਂ ਅੰਗਰੇਜ਼ ਗਵਰਨਮੈਂਟ ਨੇ ਇੱਕ ਤਰ੍ਹਾਂ ਕਰਕੇ ਬੈਨ ਕੀਤੀਆਂ ਹੋਈਆਂ ਸਨ, ਲੇਕਿਨ ਇਸ ਵੇਲੇ ਨਾ ਇਹੋ ਜਿਹੀ ਮੂਵਮੈਂਟ ਚੱਲੀ ਅਤੇ ਹੁਕਮ ਹੋਇਆ ਸੀ ਵੀ ਜਿਹਨੇ ਨਨਕਾਣਾ ਸਾਹਿਬ ਆਉਣਾ ਹੈ ਨਾ ਕਾਲੀਆਂ ਪੱਗਾਂ ਬੰਨ੍ਹ ਕੇ ਆਇਓ ਜੀ, ਅਤੇ ਜਿਨ੍ਹਾਂ ਨੇ ਨਾਂ ਲਿਖਾਏ ਸੀ ਮੈਂ ਵੀ ਸ਼ਹੀਦ ਹੋਣ ਜਾਣਾ ਹੈ, ਮੰਮੀ ਸ਼ਹੀਦ ਹੋਣ ਜਾਣਾ ਹੈ, ਆਪਣੇ ਨਾਂ ਨੋਟ ਕਰਵਾਏ ਸਨ ਉਹਨਾਂ ਪਹਿਲਾਂ। ਫਿਰ ਉਹਨਾਂ ਤਿਆਰੀ ਕੀਤੀ ਕਾਲੀ ਪੱਗ ਅਤੇ ਰੰਗਾਉਣ ਚੱਲਿਆ ਨਾ, ਅਤੇ ਬੀਬੀ ਨੇ ਇਸ ਨੇ ਪਤਨੀ ਨੇ ਗਿਲਾ ਕੀਤਾ, ਜਦੋਂ ਤੁਸੀਂ ਪੱਗ ਰੰਗਾਉਣ ਜਾਣਾ ਸੀ ਮੈਂ ਤੁਹਾਨੂੰ ਕਿੰਨੀ ਵਾਰੀ ਆਖਿਆ ਬਈ ਜੇ ਤੁਸੀਂ ਕਾਲੀ ਪੱਗ ਬੰਨ੍ਹਣੀ ਹੈ ਨਾ ਤਾਂ ਮੈਰਾਂ ਦੁਪੱਟਾ ਵੀ ਕਾਲੇ ਰੰਗ ਦਾ ਹੋਣਾ ਚਾਹੀਦਾ ਹੈ, ਅਤੇ ਤੁਸੀਂ ਹੁਣ ਆਪ ਕਾਲੀ ਪੱਗ ਬੰਨ੍ਹ ਰਹੇ ਹੋ ਅਤੇ ਮੇਰਾ ਦੁਪੱਟਾ ਤੁਸੀਂ ਰੰਗਾ ਕੇ ਨਹੀਂ ਲਿਆਏ ਹੋ, ਅਤੇ ਹੁਣ ਮੈਂ ਤੁਹਾਨੂੰ ਨਾ ਮੈਂ ਸਿੱਧੀ ਸਿੱਧੀ ਗੱਲ ਕਹਿ ਦਿੰਦੀ ਹਾਂ, ਹੁਣ ਜਦੋਂ ਤੁਸੀਂ ਪੱਗ ਲਾਹ ਕੇ ਰੱਖੀ ਨਾ ਮੈਂ ਅੱਧੀ ਪਾੜ ਕੇ ਆਪਣਾ ਦੁਪੱਟਾ ਬਣਾ ਲੈਣਾ ਜੇ। ਅਤੇ ਧਰਮ ਸਿੰਘ ਪਤਾ ਕੀ ਜਵਾਬ ਦਿੰਦੇ ਨੇ, ਹੱਸਦੇ ਹੱਸਦਿਆਂ ਨਾ ਨਾਲੇ ਪੱਗ ਬੰਨ੍ਹਦੇ ਪਏ ਨੇ ਅਤੇ ਹੱਸਦੇ ਹੱਸਦੇ ਆਖਦੇ ਨੇ ਹੁਣ ਕਾਲੀ ਪੱਗ ਮੈਂ ਸਿਰ ਤੋਂ ਲਾਵਾਂਗਾ ਅਤੇ ਤੂੰ ਦੁਪੱਟਾ ਬਣਾਏਗੀ ਨਾ। ਇਸ ਦੇ ਅਰਥ ਸਮਝ ਨਹੀਂ ਆਏ ਬੀਬੀ ਨੂੰ, ਹੈ ਸਮਝ ਨਹੀਂ ਆਏ ਇਹ ਕੀ ਕਰੂ ਨੇ। ਫਿਰ ਉਸਨੂੰ ਕਹਿੰਦੇ ਨੇ ਤੂੰ ਥੋੜ੍ਹੇ ਜਿਹੇ ਪੈਸੇ ਦੇ ਦੇ ਮੈਨੂੰ, ਅਤੇ ਉਹ ਬੋਝੇ ਹੁੰਦੇ ਸਨ, ਜੇਬਾਂ ਹੁੰਦੀਆਂ ਸਨ ਬੀਬੀਆਂ ਨਾ ਸਾਈਡ 'ਤੇ, ਉਹ ਬੋਝੇ ਦੇ ਵਿੱਚੋਂ ਨਾ ਇੱਕ ਟਾਕੀ ਵਿੱਚ ਲਪੇਟੇ ਹੋਏ 5 ਰੁਪਈਏ ਕੱਢ ਕੇ ਅਤੇ ਦੇਣ ਲੱਗੇ, ਅਤੇ ਕਹਿਣ ਲੱਗੇ ਧਰਮ ਸਿੰਘ 5 ਰੁਪਏ ਕੀ ਕਰਨੇ ਨੇ ਥੋੜ੍ਹੇ ਦੇ ਦੇ। ਕਹਿੰਦੇ ਤੁਸੀਂ ਨਾ ਉੱਥੇ ਜਾਓਗੇ ਨਾ ਪ੍ਰਸ਼ਾਦ ਕਰਵਾਇਆ ਜੇ ਬਾਬਾ ਜੀ ਦੇ ਘਰ ਵਿੱਚ, ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪ੍ਰਸ਼ਾਦ ਕਰਵਾਇਆ ਜੇ, ਵੈਸੇ ਵੀ ਘਰੋਂ ਬਾਹਰ ਜਦੋਂ ਨਿਕਲੋ ਤਾਂ ਪੈਸੇ ਦੀ ਲੋੜ ਪੈ ਜਾਂਦੀ ਹੈ, ਲੈ ਜਾਓ ਤੁਸੀਂ ਕੋਈ ਡਰ ਨਹੀਂ। ਇਹ ਇੱਛਰ ਸਿੰਘ ਅਤੇ ਧਰਮ ਸਿੰਘ 5 ਭਰਾ ਸਨ, ਇਹਨਾਂ 5 ਭਰਾਵਾਂ ਦੇ ਵਿੱਚੋਂ ਇੱਕ ਭਰਾ ਦੇ ਪੁੱਤਰ ਦਾ ਵਿਆਹ ਸੀ ਰੱਖਿਆ ਹੋਇਆ, ਜਿਸਦਾ ਵਿਆਹ ਰੱਖਿਆ ਸੀ ਉਹਦਾ ਨਾਮ ਸੀ ਹਰਨਾਮ ਸਿੰਘ, ਸ਼ਾਇਦ ਜੇ ਮੈਂ ਭੁੱਲਦਾ ਨਹੀਂ ਤਾਂ ਇਹ ਇੱਛਰ ਸਿੰਘ ਹੋਰਾਂ ਦੇ ਪੁੱਤਰ ਦਾ ਵਿਆਹ ਸੀ ਹਰਨਾਮ ਸਿੰਘ। ਇੱਛਰ ਸਿੰਘ ਦੀ ਭੂਆ ਆਈ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ, ਇੱਧਰ ਅੱਗੇ ਤਿਆਰੀਆਂ ਹੋ ਗਈਆਂ ਨਨਕਾਣਾ ਸਾਹਿਬ ਜਾਣਾ, ਨਨਕਾਣਾ ਸਾਹਿਬ ਜਾਣਾ। ਇੱਛਰ ਸਿੰਘ ਨੇ ਆਖਿਆ ਸਿੰਘਣੀ ਨੂੰ ਬਈ ਤੂੰ ਨਾ ਮਟਕਾ ਦਹੀਂ ਦਾ ਰੱਖ ਦੇ, ਅਸਾਂ ਨੇ ਕੇਸੀ ਇਸ਼ਨਾਨ ਕਰਨਾ ਹੈ। ਕਹਿੰਦੇ ਅਸਾਂ ਦਾ ਕੀ ਮਤਲਬ ਹੈ? ਕਹਿੰਦੇ ਮੈਂ ਵੀ ਕਰਨਾ ਅਤੇ ਧਰਮ ਸਿੰਘ ਵੀ ਕਰਨਾ। ਕੇਸੀ ਨਾਲ ਆਪ ਦਹੀਂ ਨਾਲ ਆਪ ਕੇਸੀ ਇਸ਼ਨਾਨ ਕਰ ਲਿਆ, ਧਰਮ ਸਿੰਘ ਨੂੰ ਆਖਿਆ ਤੂੰ ਕਰ ਲੈ। ਉਹ ਕਹਿੰਦੀ ਹੈ ਦੇਖਣਾ ਬੀਬੀਆਂ ਦੇ ਜ਼ਿੰਮੇਵਾਰੀਆਂ, ਮੈਂ ਕਹਿੰਦਾ ਮੇਰੀ ਧੀ ਹੋਏ ਸਾਡੀਆਂ ਧੀਆਂ ਹੋਣ ਉਸ ਥਾਂ 'ਤੇ ਖੜੋਤੀਆਂ ਹੋਣ ਕਿਵੇਂ ਸੋਚਦੀਆਂ ਹੋਣਗੀਆਂ ਆਉਣ ਵਾਲਾ ਭਵਿੱਖ ਉਹਨਾਂ ਦੇ ਸਾਹਮਣੇ ਜਦੋਂ ਬੜਾ ਫਿਕਰ ਲੈ ਕੇ ਆ ਰਿਹਾ ਹੋਵੇ। ਕਹਿੰਦੀ ਹੈ ਤੁਸੀਂ ਤੁਰ ਪਏ ਹੋ ਵੀ ਮੈਂ ਨਨਕਾਣੇ ਜਾਣਾ ਨਨਕਾਣੇ ਜਾਣਾ ਹੈ ਅਤੇ ਕੱਲ੍ਹ ਨੂੰ ਹਰਨਾਮ ਸਿੰਘ ਦਾ ਵਿਆਹ ਕਰਨਾ ਹੈ, ਇਹ ਕੁੜਮਾਂ ਦੇ ਨਾਲ ਮਿਲਣੀ ਕੌਣ ਕਰੇਗਾ ਤੁਹਾਡੀ ਥਾਂ 'ਤੇ? ਕਹਿੰਦੇ ਤੂੰ ਫਿਕਰ ਨਾ ਕਰ, ਮੇਰੀ ਘੋੜੀ ਦੇ ਵਾਸਤੇ ਨਾ ਕਾਠ 'ਚ ਪਾ ਕੇ ਲੈ ਜਾਇਆ ਜੇ, ਅਤੇ ਜਿਉਂ ਹੀ ਉੱਥੇ ਨਾ ਮੋਰਚਾ ਫਤਿਹ ਹੁੰਦਾ ਮੈਂ ਪੰਥ ਕੋਲੋਂ ਆਗਿਆ ਲੈ ਕੇ ਨਾ ਮੈਂ ਵੇਲੇ ਸਿਰ ਇੱਥੇ ਪਹੁੰਚ ਜਾਵਾਂਗਾ।
ਕੋਲੋਂ ਧਰਮ ਸਿੰਘ ਬੋਲ ਪੈਂਦਾ, ਕਹਿੰਦਾ ਭਾਬੀ ਇਹ ਐਵੇਂ ਹੌਸਲਾ ਦਿੰਦੇ ਨੇ, ਅਸੀਂ ਚੱਲੇ ਹਾਂ ਅਤੇ ਸਾਡੀ ਫਤਿਹ ਜੇ ਅਸਾਂ ਨੇ ਮੁੜ ਕੇ ਕੋਈ ਨਹੀਂ ਆਉਣਾ ਜੇ। ਉੱਥੇ ਤਿਆਰੀਆਂ ਬੜੀਆਂ ਕੀਤੀਆਂ ਹੋਈਆਂ। ਭੂਆ ਨੇ ਰੋਕਿਆ, ਸਾਨੂੰ ਸੱਦਿਆ ਵਿਆਹ 'ਤੇ, ਆਪ ਨਨਕਾਣੇ ਤੁਰ ਪਏ ਹੋ ਤੁਸੀਂ ਸਾਰੇ ਸ਼ਹੀਦ ਹੋਣ ਵਾਸਤੇ। ਭਾਈ ਈਸ਼ਰ ਸਿੰਘ ਹੁਣ ਭੂਆ ਨੂੰ ਕੀ ਕਹਿੰਦੇ, ਕਹਿੰਦੇ ਨੇ ਭੂਆ ਤੁਸੀਂ ਆਏ ਜੇ, ਤੁਸੀਂ ਬੱਚਿਆਂ ਦਾ ਵਿਆਹ ਕਰਿਓ ਜੇ, ਵੇਖਿਓ ਜੇ ਸਾਰਾ ਕੁਝ, ਅਸੀਂ ਤੁਹਾਡੇ ਨਾਲ ਹੀ ਹਾਂ, ਮੌਕਾ ਬਣਿਆ ਤਾਂ ਅਸੀਂ ਆਵਾਂਗੇ ਜ਼ਰੂਰ, ਭੱਜ ਕੇ ਆਵਾਂਗੇ ਅਸੀਂ। ਗੱਲ ਇੱਥੇ ਮੁੱਕੀ ਨਹੀਂ। ਜਿਸ ਵੇਲੇ ਨਾ ਭਾਈ ਈਸ਼ਰ ਸਿੰਘ ਤੁਰ ਪੈਂਦੇ ਨੇ, ਧਰਮ ਸਿੰਘ ਤੁਰ ਪੈਂਦੇ ਨੇ, ਜਿਸ ਮੁੰਡੇ ਦਾ ਵਿਆਹ ਹੁੰਦਾ ਉਹ ਵੀ ਪਿੱਛੇ ਤੁਰ ਪੈਂਦਾ, ਧਰਮ ਸਿੰਘ ਦਾ ਪੁੱਤਰ ਅਤਰ ਸਿੰਘ ਉਹ ਵੀ ਤੁਰ ਪੈਂਦਾ, ਤੀਜੇ ਭਰਾ ਦਾ ਪੁੱਤਰ ਅਮਰ ਸਿੰਘ ਹੁੰਦਾ ਉਹ ਵੀ ਪਿੱਛੇ ਤੁਰ ਪੈਂਦਾ। ਤਿੰਨੇ ਮੁੰਡੇ ਹੈਗਾ ਪਰਿਵਾਰਾਂ ਦੇ ਅਤੇ ਦੋ ਜਣੇ ਇਹ ਸਿਆਣੇ, ਪੰਜ ਜਣੇ ਤੁਰ ਪਏ, ਕਿੱਥੇ ਚੱਲੇ? ਨਨਕਾਣਾ ਸਾਹਿਬ, ਨਨਕਾਣਾ ਸਾਹਿਬ। ਈਸ਼ਰ ਸਿੰਘ ਦੀ ਘਰਵਾਲੀ ਵਿਚਾਰੀ ਨੂੰ ਨਾ ਕੁਛ ਸਮਝ ਨਾ ਆਵੇ ਮੈਂ ਕੀ ਕਰਾਂ, ਕੁਛ ਸਮਝ ਨਾ ਆਵੇ, ਦੌੜ ਕੇ ਆਪਣੇ ਜਿਹਨੂੰ ਪਤਿਆਉਰਾ ਕਹਿੰਦੇ ਨੇ, ਚਾਚਾ ਸਹੁਰਾ ਪਤਿਆਉਰੇ ਕੋਲ ਨੇੜੇ ਤੇੜੇ ਕਿਤੇ ਰਹਿੰਦੇ ਹੋਣਗੇ, ਦੌੜ ਕੇ ਭੱਜ ਕੇ ਗਈ, ਆ ਹੋ ਰਿਹਾ ਜੇ, ਘਰ ਵਿਆਹ ਰੱਖਿਆ ਹੋਇਆ ਹੈ, ਇਹ ਨਨਕਾਣਾ ਸਾਹਿਬ ਨਨਕਾਣਾ ਸਾਹਿਬ ਕਰ ਰਹੇ ਨੇ ਸਾਰੇ ਜਣੇ, ਮੁੰਡੇ ਵੀ ਭੱਜ ਗਏ ਨੇ, ਆਪ ਵੀ ਭੱਜ ਗਏ ਨੇ, ਸੰਭਾਲ ਲਵੋ ਕੁਛ ਜੇ ਸੰਭਾਲਿਆ ਜਾ ਸਕਦਾ ਤਾਂ। ਸਾਰੇ ਹੀ ਪਿੱਛੇ ਦੌੜੇ, ਇਹਨਾਂ ਪੰਜਾਂ ਦੇ ਪਿੱਛੇ ਦੌੜੇ, ਅਤੇ ਇਹ ਵੀ ਰਵਾਂ ਰਵੀ ਸਾਰੇ ਫਟਾਫਟ ਫਟਾਫਟ ਅਸੀਂ ਨਿਕਲ ਜਾਈਏ ਪਿੰਡ ਦੀ ਜੂਹ ਤੋਂ ਦੂਰ ਨਿਕਲ ਜਾਈਏ ਅਸੀਂ। ਸਾਰਿਆਂ ਨੇ ਨਾ ਜਾ ਕੇ ਪਿੱਛੋਂ ਰੋਕ ਲਿਆ ਅਤੇ ਈਸ਼ਰ ਸਿੰਘ ਨੇ ਅਖੀਰ ਖੜੋ ਕੇ ਨਾ ਆਖਿਆ, ਇਹ ਸਾਡਾ ਫੈਸਲਾ ਜੇ, ਅਸਾਂ ਨੇ ਪਿਛਾ ਨਹੀਂ ਜੇ ਮੁੜਨਾ, ਨਾ ਮੈਂ ਮੁੜਨਾ ਹੈ, ਨਾ ਈਸ਼ਰ, ਨਾ ਧਰਮ ਸਿੰਘ ਨੇ ਮੁੜਨਾ ਹੈ। ਹਾਂ ਤੁਸੀਂ ਆਏ ਹੋ ਸਾਰੇ ਜਣੇ, ਜੇ ਹਰਨਾਮ ਸਿੰਘ ਜਾਂਦਾ ਜੇ ਤਾਂ ਇਹਨੂੰ ਲੈ ਜਾਓ, ਜੇ ਅਮਰ ਸਿੰਘ ਜਾਂਦਾ ਤਾਂ ਲੈ ਜਾਓ, ਅਤਰ ਸਿੰਘ ਜਾਂਦਾ ਜੇ ਨਾਲ ਤਾਂ ਲੈ ਜਾਓ, ਸਾਨੂੰ ਨਾ ਰੋਕਿਓ, ਜੇ ਰੋਕੋਗੇ ਤਾਂ ਤੁਸੀਂ ਪੰਥ ਦੇ ਦੁਖੀ ਹੋਵੋਗੇ, ਗੁਰੂ ਨਾਨਕ ਤੁਹਾਡੇ 'ਤੇ ਨਾਰਾਜ਼ ਹੋਣਗੇ, ਪੁੱਤਰਾਂ ਦੇ ਵਿਆਹ ਹੁੰਦੇ ਹੀ ਰਹਿੰਦੇ ਹੁੰਦੇ ਨੇ। ਮੰਨ ਲਿਆ, ਜੱਫੇ ਪਾ ਕੇ ਮੁੰਡਿਆਂ ਨੂੰ ਵਾਪਸ ਲੈ ਆਏ, ਹਰਨਾਮ ਸਿੰਘ ਵੀ ਵਾਪਸ ਆ ਗਿਆ, ਦੂਜੇ ਵੀ ਦੋਵੇਂ ਵਾਪਸ ਆ ਗਏ, ਅਤੇ ਫਟਾਫਟ ਨਾ ਈਸ਼ਰ ਸਿੰਘ ਹੋਰਾਂ ਨੇ ਅਤੇ ਧਰਮ ਸਿੰਘ ਹੋਰਾਂ ਨੇ ਅੱਗੇ ਰੁੱਖ ਕੀਤਾ ਅਤੇ ਤੁਰ ਪਏ। ਵਾਹਿਗੁਰੂ। ਸੰਗਤ ਜੀ, ਟੈਲੀਵਿਜ਼ਨ ਦੇ ਰਾਹੀਂ ਮੈਨੂੰ ਪਤਾ ਲੱਗਾ ਪਟਿਆਲੇ ਵੀ ਅਤੇ ਦੂਰ ਦੁਰਾਡੇ ਸਾਰੇ ਸੰਗਤਾਂ ਸੁਣ ਰਹੀਆਂ ਨੇ, ਵੇਖ ਰਹੀਆਂ ਨੇ ਸਾਰਾ ਕੁਛ, ਸਾਰਾ ਪ੍ਰੋਗਰਾਮ। ਅੰਦਾਜ਼ਾ ਕਰੋ, ਹਾਂ ਕਿਹਨੂੰ ਪੁੱਤਰ ਨਹੀਂ ਚੰਗੇ ਲੱਗਦੇ, ਕਿਹਨੂੰ ਪੁੱਤਰਾਂ ਦੇ ਵਿਆਹ ਚੰਗੇ ਨਹੀਂ ਲੱਗਦੇ, ਕੌਣ ਹੈ, ਕਿਹੜੀ ਪਤਨੀ ਹੈ, ਮਾਂ ਕਿਹੜੀ ਪਤਨੀ ਹੈ ਜਿਹੜੀ ਪੁੱਤਰ ਢੁੱਕ ਰਿਹਾ ਹੋਵੇ ਵਾਹਿਗੁਰੂ ਅਤੇ ਪਤੀ ਸ਼ਹੀਦ ਹੋਇਆ ਪਿਆ ਹੋਵੇ ਉੱਥੇ, ਹੈਂ, ਇਹ ਵੇਖਣਾ ਚਾਹੀਦੀ। ਲੇਕਿਨ ਉਹ ਮਾਵਾਂ ਵੀ ਧਨ ਨੇ, ਉਹ ਪਤਨੀਆਂ ਵੀ ਧਨ ਨੇ, ਜਿਨ੍ਹਾਂ ਨੇ ਆਪਣੀਆਂ ਸਭ ਖੁਸ਼ੀਆਂ ਨਾਲੋਂ ਵੱਧ ਤਰਜੀਹ ਧਰਮ ਅਸਥਾਨਾਂ ਦੀ ਸੇਵਾ ਲਈ ਨੂੰ ਦਿੱਤੀ ਹੈ, ਪੰਥ ਦੀ ਸੇਵਾ ਨੂੰ ਇਹ ਤਰਜੀਹ ਦਿੱਤੀ ਹੈ। ਤਰਜੀਹ ਮੈਨੂੰ ਹੁੰਦਾ ਪ੍ਰੈਫਰੈਂਸ, ਸਾਨੂੰ ਘਰ ਵਿੱਚ ਜੋ ਖੁਸ਼ੀ ਹੋਵੇ ਹੋਵੇ, ਨਾ ਹੋਵੇ ਨਾ ਹੋਵੇ, ਲੇਕਿਨ ਪੰਥ ਨੇ ਸੱਦਾ ਦਿੱਤਾ, ਪੰਥ ਨੇ ਆਵਾਜ਼ ਮਾਰੀ ਹੈ ਧਰਮ ਅਸਥਾਨਾਂ ਦੀ ਸੇਵਾ ਦੇ ਵਾਸਤੇ, ਅਸੀਂ ਪਿੱਛੇ ਨਹੀਂ ਹਟਾਂਗੇ। ਸੰਮਾ ਸਿੰਘ ਸ਼ਹੀਦ ਹੋਇਆ, ਭਰਾ ਬਾਰਾਂ ਸਿੰਘ ਸ਼ਹੀਦ ਹੋਇਆ, ਹੈਂ, ਮਾਵਾਂ ਉੱਥੇ ਗਈਆਂ ਨਨਕਾਣਾ ਸਾਹਿਬ ਜਦੋਂ ਸ਼ਹੀਦ ਹੋ ਗਏ ਸਨ, ਸ਼ਹੀਦੀ ਇਹ ਸਾਕਾ ਵਾਪਰ ਗਿਆ, ਪਿੱਛੇ ਚਲੇ ਗਏ, ਪਹੁੰਚ ਗਏ ਉੱਥੇ। ਮਾਂ ਨੇ ਅੱਖ ਵਿੱਚੋਂ ਅੰਸੂ ਨਹੀਂ ਲਿਆਂਦਾ, ਅੰਸੂ ਨਹੀਂ ਵਹਾਇਆ, ਨਹੀਂ ਕਹਿਣਾ, ਹੈਂ, ਛਾਤੀ 'ਤੇ ਹੱਥ ਰੱਖ ਕੇ ਆਖਣਾ,
ਮੇਰੀ ਛਾਤੀ ਸਫਲ ਹੋ ਗਈ ਜਿਸ ਛਾਤੀ ਤੋਂ ਇਹਨਾਂ ਦੁੱਧ ਪੀਤਾ ਹੈ। ਇਸ ਤੋਂ ਇਲਾਵਾ ਤੁਸੀਂ ਦੇਖਣਾ ਕੇਰ ਸਿੰਘ ਦੇ ਬਾਬਤ ਆਪਾਂ ਨੇ ਸੁਣਿਆ ਦਰਬਾਰ ਸਾਹਿਬ ਤੋਂ ਥੋੜ੍ਹਾ ਜਿਹਾ ਮੈਂ ਆਂਸ਼ਿਕ ਜ਼ਿਕਰ ਕੀਤਾ, ਸ਼ਾਇਦ ਪਹਿਲਾਂ ਵੀ ਆਪਾਂ ਨੇ ਨਾ ਇਹ ਵਿਚਾਰਿਆ ਹੋਵੇ ਜਾਂ ਤੁਸਾਂ ਨੇ ਸੁਣਿਆ ਹੋਵੇ। ਜਰਗ ਦੇ ਰਹਿਣ ਵਾਲੇ ਸਨ ਭਾਈ ਸਾਹਿਬ ਹੋਰੀ, ਨਾਮ ਸੀ ਭਾਈ ਕੇਰ ਸਿੰਘ। ਕੇਰ ਸ਼ਬਦ ਦਾ ਅਰਥ ਵੀ ਹੁੰਦਾ ਸ਼ੇਰ, ਅਤੇ ਸਨ ਵੀ ਸ਼ੇਰ ਵਰਗੇ। ਸ਼ੇਰ ਵਰਗੇ ਹੀ ਨਹੀਂ ਸਨ, ਉਹਨਾਂ ਨੇ ਸ਼ੇਰ ਦਾ ਸ਼ਿਕਾਰ ਵੀ ਕੀਤਾ ਸੀ ਆਪਣੇ ਬੇਅਰ ਹੈਂਡਸ ਦੇ ਨਾਲ, ਖਾਲੀ ਹੱਥਾਂ ਦੇ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ, ਜਿਵੇਂ ਭਾਈ ਸਾਹਿਬ ਨੂੰ ਸੁਣਾਇਆ ਨਾ ਸਿੰਘ ਸਾਹਿਬ ਨੇ ਭਾਈ ਰੋਸ਼ਨ ਸਿੰਘ ਹੋਰਾਂ ਦੇ ਬਾਬਤ, ਬਿਲਕੁਲ ਇਸੇ ਤਰ੍ਹਾਂ। ਇੱਕੋ ਇੱਕ ਉਹਨਾਂ ਦਾ ਬੱਚਾ ਸੀ ਦਰਬਾਰਾ ਸਿੰਘ, ਹੈਂ 9 ਸਾਲ ਦਾ ਬੱਚਾ, ਜਿਹਨੂੰ ਅਖੀਰ ਵਿੱਚ ਚੁਖੰਡੀ ਦੇ ਵਿੱਚ ਪਿੱਛੇ ਅਲਮਾਰੀ ਸੀ ਜਿੱਥੇ ਸਤਿਗੁਰਾਂ ਦਾ ਸੁਖਾਸਨ ਕੀਤਾ ਜਾਂਦਾ ਸੀ, ਉੱਥੇ ਆਪ ਹੀ ਸਿੰਘਾਂ ਨੇ ਉਹਨੂੰ ਛੁਪਾਇਆ ਸੀ ਵੀ ਸ਼ਾਇਦ ਬਚ ਜਾਵੇ ਅਤੇ ਅੱਛਾ ਹੋਵੇ, ਪਰ ਉਹਨੂੰ ਅਖੀਰ 'ਤੇ ਧਰੋਲਿਆ ਗਿਆ ਅਤੇ ਬਾਹੋਂ ਫੜ ਕੇ ਲੱਤੋਂ ਫੜ ਕੇ ਅਤੇ ਬਲਦੀ ਅੱਗ ਦੇ ਵਿੱਚ ਨਾ ਵਗਾਹ ਮਾਰਿਆ, ਜਦੋਂ ਉਹਨੇ ਆਖਿਆ ਮੈਂ ਆਪਣੇ ਬਾਪ ਦੇ ਨਾਲ ਸ਼ਹੀਦ ਹੋਣਾ ਹੈ। ਚਲੋ ਸਾਕਾ ਹੋ ਗਿਆ, ਮਾਂ ਨੂੰ ਪਤਾ ਲੱਗਾ। ਮਾਂ ਜਿੰਦਾ ਇੱਕੋ ਇੱਕ ਪੁੱਤਰ ਸੀ ਕੇਰ ਸਿੰਘ, ਦਾਦੀ ਦਾ ਰੂਪ ਜਿਸ ਦਾ ਇੱਕੋ ਇੱਕ ਪੋਤਰਾ ਸੀ ਜਿਹੜਾ ਅੱਗੇ ਅੰਸ਼ ਵੰਸ਼ ਵਧਾਉਣ ਵਾਲਾ ਸੀ। ਆਈ ਆ ਰੋਈ ਨਹੀਂ ਹੈ, ਜਦੋਂ ਘਰ ਤੋਰਿਆ ਸੀ ਨਾ, ਘਰੋਂ ਤੋਰਿਆ ਸੀ, ਉਦੋਂ ਵੀ ਕੇਰ ਸਿੰਘ ਨੇ ਆਖਿਆ ਸੀ ਮਾਂ ਮੈਂ ਸ਼ਹੀਦ ਹੋਣ ਵਾਸਤੇ ਜਾਣਾ ਹੈ, ਪਰ ਤੇਰੀ ਅਸੀਸ ਤੋਂ ਬਿਨਾਂ ਮੈਂ ਘਰੋਂ ਨਹੀਂ ਤੁਰਨਾ, ਤੂੰ ਆਪਣੀ ਅਸੀਸ ਦੇ। ਕੀ ਮਤਲਬ ਹੈ ਅਸੀਸ ਦੇਣ ਦਾ? ਕਿਹੜੀ ਮਾਂ ਜਿਹੜੀ ਆਖੇ ਜਾਂ ਪੁੱਤਰਾ ਤੂੰ ਮਰ ਜਾ, ਇਹੋ ਜਿਹੀ ਅਸੀਸ ਹੁੰਦੀ ਹੈ? ਮਾਂ ਕਿੰਨੇ ਗੁੱਸੇ ਵਿੱਚ ਆਵੇ ਨਾ ਤਾਂ ਵੀ ਇਹੋ ਜਿਹਾ ਲਫ਼ਜ਼ ਨਹੀਂ ਬੋਲਦੀ ਹੁੰਦੀ। ਇਹ ਕਿਉਂ ਚਾਹੀ ਗੱਲ ਵੀ ਤੁਸੀਂ ਅਸੀਸ ਦਿਓ? ਤੁਹਾਡੀ ਅਸੀਸ ਬੜੀ ਜ਼ਰੂਰੀ ਹੈ। ਜਦ ਤੱਕ ਮਾਂ ਦੀ ਪ੍ਰਵਾਨਗੀ ਨਹੀਂ ਹੈ ਤਦ ਤੱਕ ਸ਼ਹਾਦਤ ਵੀ ਪਿਆਰੀ ਨਹੀਂ ਹੋ ਸਕਦੀ। ਹਾਂਜੀ, ਸਿੰਘ ਸਾਹਿਬ ਹੋਰਾਂ ਨੇ ਬਹੁਤ ਸੁੰਦਰ ਢੰਗ ਦੇ ਨਾਲ ਆਖਿਆ ਇਸ ਸ਼ਬਦ ਦੀ ਨਾ ਕੁਝ ਵਿਆਖਿਆ ਕੀਤੀ, ਕਾਹੇ ਪੂਤ ਝਗੜਤ ਹੋ ਸੰਗ ਬਾਪ ਦਿਨ ਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉਂ ਝਗੜਤ ਭਾਪ। ਇੱਕ ਬੀਬੀ ਤੁਸਾਂ ਸੁਣਿਆ, ਉਸਦਾ ਨਾਂ ਸੀ ਮਾਈ ਕਿਸ਼ਨ ਕੌਰ। ਕੀ ਨਾਂ ਸੀ ਭਲਾ? ਬੋਲੋ ਸਾਰੇ ਭੈਣਾਂ ਧਿਆਨ ਰੱਖਿਓ ਜੀ, ਕੀ ਨਾਂ ਸੀ? ਮਾਈ ਕਿਸ਼ਨ ਕੌਰ। ਮਾਈ ਕਿਸ਼ਨ ਕੌਰ ਦੇ ਕਰਤਾਰ ਨੇ ਕਿਰਪਾ ਕੀਤੀ, 4 ਬੱਚੇ ਭੇਜੇ। ਪਰ ਉਹਨਾਂ ਸਮਿਆਂ 'ਚ ਐਸਾ ਹੋਇਆ ਹੀ ਕਰਦਾ ਸੀ, ਅਕਸਰ ਜਦੋਂ ਇਤਿਹਾਸ ਪੜ੍ਹਦੇ ਹਾਂ ਛੋਟੀ ਛੋਟੀ ਉਮਰ ਵਿੱਚ ਨਾ ਬੱਚੇ ਚਲੇ ਜਾਂਦੇ ਸਨ, 4 ਬੱਚੇ ਚਲੇ ਗਏ, ਪਤੀ ਵੀ ਚਲਾਉਣਾ ਕਰ ਗਿਆ। ਪਹਿਲਾਂ ਤਾਂ ਨਾ ਘਰ ਦੇ ਵਿੱਚ ਜਿਹੜੇ ਘਰ ਵਿੱਚ ਰਹਿੰਦੇ ਸਨ, ਸ਼ਰੀਕਾਂ ਵਿੱਚ ਰਹਿੰਦੇ ਸਨ, ਪਹਿਲਾਂ ਤਾਂ ਸ਼ਰੀਕਾਂ ਨੇ ਜ਼ਮੀਨ ਦੱਬਣੀ ਚਾਹੀ, ਨੱਪਣੀ ਚਾਹੀ, ਵੀ ਇਹਦਾ ਪਿੱਛੇ ਕੌਣ ਹੈ ਹੁਣ। ਲੇਕਿਨ ਨਾ ਬੜੀ ਦ੍ਰਿੜਤਾ ਵਾਲੀ ਮਾਈ ਸੀ ਕਿਸ਼ਨ ਕੌਰ, ਸਰੀਰਕ ਤੌਰ 'ਤੇ ਜੁੱਸਾ ਵੀ ਤਕੜਾ ਸੀ। ਜਾ ਕੇ ਖੇਤਾਂ ਵਿੱਚ ਖੜੋ ਗਈ ਔਰ ਗੱਜ ਕੇ ਆਖਿਆ, ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਹੈ ਨਾ ਉਹ ਮੈਂ ਵਾਹਵਾਂਗੀ, ਸਾਡੀ ਜ਼ਮੀਨ ਦੇ ਵਿੱਚ ਕੋਈ ਪੈਰ ਨਾ ਪਾਵੇ। ਚਲੋ ਦਿਨ ਬੀਤਦੇ ਗਏ, ਕਾਉਂ ਕੇ ਜਗਰਾਓਂ ਦੇ ਕੋਲ ਪਿੰਡ ਹੈ ਕਾਉਂ ਕੇ, ਅੱਜ ਵੀ ਹੈਗਾ ਹੈ, ਉੱਥੇ ਆ ਕੇ ਸਥਾਨ ਬਣਾਇਆ। 6ਵੇਂ ਪਾਤਸ਼ਾਹ ਮਹਾਰਾਜ ਕਦੀ ਆਏ ਸਨ, ਉਹਨਾਂ ਦਾ ਉੱਥੇ ਯਾਦਗਾਰੀ ਸਥਾਨ ਬਣਾਇਆ ਅਤੇ ਉੱਥੇ ਸੇਵਾ ਕਰਦੇ ਰਹੇ। ਇਹ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ। ਔਰ ਮੈਂ ਹੈਰਾਨ ਹੋਇਆ, ਜੇ ਸਿਆਲਕੋਟ ਮੋਰਚਾ ਲੱਗਾ ਤਾਂ ਮਾਈ ਕਿਸ਼ਨ ਕੌਰ ਸਿਆਲਕੋਟ ਪਹੁੰਚੀ, ਜੇ ਤਰਨ ਤਾਰਨ ਸਾਹਿਬ ਮੋਰਚਾ ਲੱਗਾ ਤਾਂ ਬੀਬੀ ਕਿਸ਼ਨ ਕੌਰ ਤਰਨ ਤਾਰਨ ਪਹੁੰਚੀ, ਅਤੇ ਜੇ ਨਨਕਾਣਾ ਸਾਹਿਬ ਸ਼ਹਾਦਤਾਂ ਹੋ ਗਈਆਂ ਤਾਂ ਮਾਈ ਕਿਸ਼ਨ ਕੌਰ ਉੱਥੇ ਪਹੁੰਚੀ, ਅਤੇ ਜੇ ਬਾਅਦ ਵਿੱਚ ਗੁਰੂ ਕੇ ਬਾਗ ਦੇ ਮੋਰਚਾ ਲੱਗਾ ਤਾਂ ਮਾਈ ਕਿਸ਼ਨ ਕੌਰ ਉੱਥੇ ਪਹੁੰਚੀ ਹੋਈ ਹੈ, ਅਤੇ ਜੇ ਬਾਅਦ ਵਿੱਚ ਜੈਤੋਂ ਕਾ ਮੋਰਚਾ ਲੱਗਾ ਤਾਂ ਮਾਈ ਕਿਸ਼ਨ ਕੌਰ ਉੱਥੇ ਪਹੁੰਚੀ ਹੋਈ ਹੈ। ਔਰ ਮੈਂ ਕੈਲਕੂਲੇਟ ਕੀਤਾ
ਜਿਸ ਵੇਲੇ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸੀ ਅਤੇ ਉਸ ਵੇਲੇ ਉਹਨਾਂ ਦੀ ਉਮਰ 60 ਵਰੇ ਤੋਂ ਉੱਪਰ ਹੋ ਗਈ ਸੀ। ਤੁਸੀਂ ਸ਼ਾਇਦ ਸੁਣਿਆ ਹੋਵੇ, ਮੈਨੂੰ ਗੱਲ ਬੜੀ ਅੱਛੀ ਲੱਗੀ ਅਰਮਾਈਆਂ ਦੇ ਨਾ, ਇਹ ਗੱਲ ਧਿਆਨ ਕਰਨ ਵਾਲੀ ਸਾਡੀਆਂ ਭੈਣਾਂ ਦੇ ਵੀ। ਸੂਰਮਾ ਭੈਣਾਂ ਨੇ ਸਾਡੀਆਂ ਮਾਈਆਂ, ਤੁਸੀਂ ਸੁਣਿਆ ਕਿ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਬਹੁਤ ਸਖਤੀ ਕੀਤੀ ਗਈ। ਸਖਤੀ ਕਰਨ ਵਾਲਾ ਜਿਹੜਾ ਗੋਰਾ ਅਫਸਰ ਸੀ ਜਿਹੜਾ, ਉਹਦਾ ਨਾਮ BTBT ਕਰਕੇ ਹੈਗਾ, BATE। ਆਮ ਤੌਰ 'ਤੇ ਬੋਲਚਾਲ ਵਿੱਚ ਸਾਨੂੰ BTBT ਕਿਹਾ ਜਾਂਦਾ ਹੈ, ਦੱਸਿਆ ਜਾਂਦਾ, ਅਸੀਂ ਬੋਲਦੇ ਹਾਂ BT। ਮਾਈ ਕਿਸ਼ਨ ਕੌਰ ਨੇ ਸੇਵਾ ਕੀ ਸੰਭਾਲੀ ਕਿ ਜਿਸ ਵੇਲੇ ਇਹ BT ਦੀ ਅਗਵਾਈ ਦੇ ਵਿੱਚ ਸਿਪਾਹੀ ਸਿੱਖਾਂ ਨੂੰ ਕੁੱਟ ਕੁੱਟ ਕੇ ਸੁੱਟ ਦਿੰਦੇ ਨਾ, ਸਿੰਘ ਨਿਟਾਲ ਹੋ ਜਾਂਦੇ, ਉੱਠਣ ਜੋਗੇ ਨਾ ਰਹਿੰਦੇ, ਅਤੇ ਸਿਪਾਹੀ ਪਿੱਛੇ ਹਟ ਜਾਂਦੇ, ਲਓ ਹੁਣ ਤੁਸੀਂ ਸੰਭਾਲ ਲਓ ਇਸ। ਅਤੇ ਸੰਭਾਲ ਕਰਨ ਵਾਲੇ ਜਥੇ ਦੀ ਆਗੂ ਜਿਹੜੀ ਸੀ ਮਾਈ ਕਿਸ਼ਨ ਕੌਰ ਸੀ। ਇੱਕ ਵੇਰਾ ਨਾ BT ਨੇ ਬਹੁਤ ਸਖਤੀ ਕੀਤੀ, ਬਹੁਤ ਸਖਤੀ ਕਰਕੇ ਨਾ, ਜਿਸ ਵੇਲੇ ਪਿੱਛੇ ਹਟੇ ਨਾ, ਅਤੇ ਉਹਨੇ ਲਫ਼ਜ਼ ਬੋਲੇ ਉੱਚੀ ਸਾਰੀ ਮਾਈ ਨੂੰ ਸੰਬੋਧਨ ਕਰਕੇ, ਜਿਸ ਦਾ ਭਾਵ ਸੀ ਬਈ ਤੂੰ ਆ ਕੇ ਹੁਣ ਸੰਭਾਲ ਲਾ, ਅੱਜ ਤੈਨੂੰ ਬਹੁਤੀ ਸੇਵਾ ਦਾ ਮੌਕਾ ਬਣ ਗਿਆ। ਜਿਵੇਂ ਕਹਿੰਦੇ ਟਾਂਚ ਕੀਤੀ, ਵਿਅੰਗ ਕੀਤਾ, ਸੰਭਾਲ ਲਾ ਆ ਕੇ ਤੂੰ। ਮਾਈ ਕਿਸ਼ਨ ਕੌਰ ਨੂੰ ਸੁਣ ਕੇ ਨਾ ਵੱਟ ਚੜ੍ਹਿਆ ਅਤੇ ਤੇਜ਼ੀ ਨਾਲ ਅੱਗੇ ਵਧੀ ਅਤੇ ਬਰਾਬਰ ਆ ਕੇ ਨਾ ਆ ਚਪੇੜ ਮਾਰੀ ਉਹਦੇ ਮੂੰਹ ਦੇ ਉੱਤੇ। ਸੋਚ ਨਹੀਂ ਸਕਦਾ ਸੀ ਵੀ ਐਸੀ ਗੱਲ ਹੋ ਸਕਦੀ ਹੈ, BT ਵਰਗਾ ਅਫੀਸਰ ਹੋਵੇ ਅਤੇ ਕੋਈ ਮਾਈ ਮੇਰੇ ਮੂੰਹ 'ਤੇ ਆ ਕੇ ਚਪੇੜ ਮਾਰੇਗੀ। ਸਾਡੇ ਇਤਿਹਾਸਕਾਰ ਲਿਖਦੇ ਨੇ ਮੂੰਹ 'ਤੇ ਚਪੇੜ ਇੰਨੇ ਜ਼ੋਰ ਨਾਲ ਮਾਰੀ, ਉਹਦਾ ਮੂੰਹ ਪਾਉਂ ਗਿਆ, ਇੰਨੇ ਜ਼ੋਰ ਨਾਲ ਮਾਰੀ। ਇਸ ਤੋਂ ਪਹਿਲਾਂ ਕਿ ਮਾਈ ਇੱਕ ਚਪੇੜ ਹੋਰ ਮੂੰਹ 'ਤੇ ਰੱਖ ਦਿੰਦੀ, ਫਟਾਫਟ BT ਨਾ ਪਿੱਛੇ ਹਟ ਕੇ ਅਤੇ ਅੰਦਰ ਜਾ ਵੜਿਆ ਮਾਈ ਕਿਸ਼ਨ ਕੌਰ। ਮੁੜ ਕੇ ਕਿਸੇ ਦੇ ਅੰਦਰ ਜ਼ਰੂਰਤ ਨਹੀਂ ਪਈ ਕਿ ਸਿੰਘਾਂ ਦੇ ਬਾਬਤ ਕਿਸੇ ਪ੍ਰਕਾਰ ਦਾ ਕਰੜਾ ਜਾਂ ਕੋਝਾ ਸ਼ਬਦ ਵਰਤੇ। ਛੇਤੀ ਹੀ ਇਹ ਮਾਰ ਕੁੱਟ ਵੀ ਫਿਰ ਬੰਦ ਕਰ ਦਿੱਤੀ ਗਈ। ਮਾਈ ਕਿਸ਼ਨ ਕੌਰ ਬਾਅਦ ਵਿੱਚ ਮੋਰਚਾ ਲੱਗਿਆ ਜੈਤੋ ਦਾ, ਜੈਤੋ ਦੇ 500 ਸਿੰਘਾਂ ਦਾ ਮੋਰਚਾ ਜਿਹੜਾ 9 ਫਰਵਰੀ ਨੂੰ ਚੱਲਿਆ, ਰਵਾਨਾ ਹੋਇਆ। 1924 ਦੀ 24 ਦਾ ਸਾਲ ਸੀ, ਚੇਤਾ ਰੱਖੇ ਹੋ ਜੇ, ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਜਾਣਾ ਸੀ ਊਧਮ ਸਿੰਘ ਨਾਗੋ ਕੇ ਹੋਰਾਂ ਦੀ ਅਗਵਾਈ ਵਿੱਚ, ਉਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹ ਸਨ। ਲੇਕਿਨ ਠੀਕ ਇੱਕ ਰਾਤ ਪਹਿਲਾਂ, ਭਾਵ 8 ਦੀ ਰਾਤ ਨੂੰ, ਪੁਲਿਸ ਨੇ ਆ ਕੇ ਜਥੇਦਾਰ ਊਧਮ ਸਿੰਘ ਨਾਗੋਕੇ ਨੂੰ ਗ੍ਰਿਫਤਾਰ ਕਰ ਲਿਆ ਅਤੇ ਖਾਲਸਾ ਜੀ ਨੇ ਫੈਸਲਾ ਕੀਤਾ ਵੀ ਉਹਦੀ ਥਾਂ 'ਤੇ ਊਧਮ ਸਿੰਘ ਵਰਪਾਲ ਵਾਲਾ ਜਿਹੜਾ ਹੈ ਇਹ ਜਥੇ ਦੀ ਅਗਵਾਈ ਕਰੇਗਾ। ਉਹਨੇ ਵਰਪਾਲ ਵਾਲੇ ਜਥੇਦਾਰ ਊਧਮ ਸਿੰਘ, ਨਾਮ ਉਹਨਾਂ ਦਾ ਸੇਮ ਸੀ, ਇੱਥੋਂ ਚੱਲੇ 9 ਫਰਵਰੀ ਨੂੰ ਅਤੇ ਉੱਥੇ ਪਹੁੰਚੇ। ਅਖੀਰ ਦੀ ਜਿਹੜੀ ਰਾਤ ਸੀ ਨਾ, 20 ਦੀ ਰਾਤ, ਇਹ ਬਰਗਾੜੀ ਸੀ, ਬਰਗਾੜੀ ਤੋਂ ਅੱਗੇ ਚੱਲਣਾ ਸੀ। ਜਿਸ ਵੇਲੇ ਅੱਗੇ ਵਧਣ ਲੱਗੇ ਨਾ, ਤਾਂ 2 ਮਾਈਆਂ ਸਨ ਜਥੇ ਦੇ ਵਿੱਚ, ਦੋਵਾਂ ਨੂੰ ਰੋਕਿਆ ਗਿਆ। ਇੱਕ ਤਾਂ ਮਾਈ ਕਿਸ਼ਨ ਕੌਰ, ਤੁਸੀਂ ਬਰਗਾੜੀ ਗਏ ਹੋ, ਤੁਹਾਡੇ ਵਿੱਚੋਂ ਕੋਈ ਗਿਆ ਹੋਵੇ ਭਾਈ ਜਾਂ ਕੋਈ ਮਾਈ ਗਈ ਹੋਵੇ, ਮੇਰੀ ਭੈਣ, ਤੁਹਾਨੂੰ ਸ਼ਾਇਦ ਕੋਈ ਧਿਆਨ ਵਿੱਚ ਹੋਵੇਗਾ, ਨਹੀਂ ਤਾਂ ਜਾਇਓ ਜੇ, ਦਰਸ਼ਨ ਕਰਿਓ ਜੇ। ਇਤਿਹਾਸਕ ਨਗਰ ਹੈ, ਕਦੀ ਗੁਰੂ ਪਾਤਸ਼ਾਹ ਉੱਥੇ ਗਏ ਸਨ, ਮਹਾਰਾਜ ਦਸਮ ਪਾਤਸ਼ਾਹ ਜੀ। ਤਕਰੀਬਨ 5-6 ਕਿਲੋਮੀਟਰ ਪਹਿਲਾਂ ਆਉਂਦਾ ਹੈ ਜੈਤੋ, ਜੋ ਗੰਗਸਰ ਨਾਮੀ ਸਥਾਨ ਹੈ ਜਿੱਥੇ ਇਹ ਮੋਰਚਾ ਲੱਗਾ ਹੋਇਆ ਸੀ, ਜਿੱਥੇ ਪਹੁੰਚਣਾ ਹੁੰਦਾ ਸੀ ਟਿੱਬੀ ਸਾਹਿਬ। ਪੁਲਿਸ ਨੇ ਰੋਕਾਂ ਲਾਈਆਂ ਹੋਈਆਂ ਸਨ, ਉਹਨਾਂ ਰੋਕਾਂ ਨੂੰ ਤੋੜ ਕੇ ਅਤੇ ਇੱਧਰੋਂ ਖੱਬੇ ਸੱਜੇ ਹੋ ਕੇ ਅਤੇ ਉੱਥੇ ਪਹੁੰਚਣ ਦਾ ਯਤਨ ਕਰਨਾ ਸੀ। ਜਥੇਦਾਰ ਵਰਪਾਲ ਨੇ ਰੋਕਿਆ, ਮਾਈ ਕਿਸ਼ਨ ਕੌਰ ਹੋਰਾਂ ਨੂੰ ਰੋਕਿਆ, ਬਸ ਤੁਸੀਂ ਹੁਣ ਅੱਗੇ ਨਾ ਜਾਓ, ਤੁਹਾਡੀਆਂ ਸੇਵਾਵਾਂ ਹੋ ਗਈਆਂ। ਰੁਕਿਆ ਨਹੀਂ, ਰੁਕੇ ਵਲਾ ਪਾ ਕੇ ਪਿੱਛੋਂ ਦੀ ਗੇੜਾ ਗੋੜਾ ਲਾ ਕੇ ਕਿਸੇ ਨਾ ਕਿਸੇ ਤਰ੍ਹਾਂ ਨਾ
ਜਥੇ ਦੇ ਨਾਲ ਵਾਲਾ ਪਾ ਕੇ ਅਤੇ ਅੱਗੋਂ ਜਾ ਕੇ ਰਲ ਗਏ। ਦੂਸਰੀ ਬੀਬੀ ਦੇ ਬਾਬਤ ਮੈਂ ਜ਼ਿਕਰ ਕਰਨਾ ਚਾਹੁੰਦਾ, ਕਹਿ ਕੇ ਤਾਂ ਮੈਂ ਤੁਹਾਡੇ ਪਾਸੋਂ ਖਿਮਾ ਮੰਗਦਾ, ਆਪਾਂ ਸਮਾਪਤੀ ਕਰ ਦਿੰਦੇ ਹਾਂ। ਦੂਜੀ ਬੀਬੀ ਦਾ ਨਾਮ ਬਲਬੀਰ ਕੌਰ ਮਿਲਦਾ ਹੈ। ਮੈਂ ਕੋਸ਼ਿਸ਼ ਕੀਤੀ ਕਿ ਉਸਦੇ ਪਤੀ ਦਾ ਨਾਮ ਮਿਲ ਜਾਵੇ, ਅਜੇ ਤੱਕ ਮੇਰੇ ਪਾਸ ਨਹੀਂ ਹੈਗਾ। ਕਿਹੜੇ ਪਿੰਡ ਦੀ ਸੀ ਇਹ ਵੀ ਮੇਰੇ ਪਾਸ ਜ਼ਿਕਰ ਨਹੀਂ ਹੈਗਾ, ਪਰ ਤੁਸੀਂ ਜਾਇਓ ਜੇ ਕੇਂਦਰੀ ਸਿੱਖ ਅਜਾਇਬ ਘਰ, ਉੱਥੇ ਬੜਾ ਸ਼ਾਨਦਾਰ ਨਾ ਚਿੱਤਰ ਬਣਾਇਆ ਹੋਇਆ, ਪੇਂਟਿੰਗ ਬਣਾਈ ਹੋਈ ਹੈ ਇਸ ਬੀਬੀ ਬਲਬੀਰ ਕੌਰ ਦੇ ਨਾਮ 'ਤੇ। ਇਸ ਬੀਬੀ ਦੀ ਉਮਰ ਸਿਰਫ 22 ਵਰ੍ਹਿਆਂ ਦੀ ਸੀ। ਨਾਲ ਉਸ ਵੇਲੇ ਉਸਦੇ ਪਤੀ ਸੀ, ਕੋਈ ਜ਼ਿਕਰ ਨਹੀਂ ਹੈ। ਪਤੀ ਚਲਾਉਣਾ ਕਰ ਚੁੱਕਾ ਸੀ, ਮੇਰੀ ਇਨਫੋਰਮੇਸ਼ਨ 'ਚ ਕੋਈ ਜ਼ਿਕਰ ਨਹੀਂ ਹੈਗਾ। ਲੇਕਿਨ ਉਸਦੇ ਕੋਲ ਇੱਕ ਬੱਚਾ ਹੈਗਾ ਸੀ ਜਿਹੜਾ ਤਕਰੀਬਨ 1.25 ਸਾਲ ਦਾ, 1.5 ਸਾਲ ਦੀ ਉਮਰ ਦਾ ਹੈਗਾ ਸੀ, ਅਜੇ ਮੋਢੇ ਚੁੱਕਣ ਵਾਲਾ, ਕੁੱਛੜ ਚੁੱਕਣ ਵਾਲਾ ਬੱਚਾ ਸੀ। ਉਸਨੇ ਚਾਹਿਆ ਅਕਾਲ ਤਖਤ ਸਾਹਿਬ ਤੋਂ ਲੈ ਕੇ ਮੈਂ ਆਪਣੇ ਭਰਾਵਾਂ ਦੇ ਨਾਲ ਜਾਣਾ ਹੈ। ਰੋਕਿਆ ਜਥੇਦਾਰ ਸਾਹਿਬ ਨੇ, ਕਿਉਂਕਿ ਮੋਰਚਾ ਸ਼ੁਰੂ ਹੋਇਆ ਨੂੰ ਕਈ ਮਹੀਨੇ ਹੋ ਗਏ ਸਨ। ਪਹਿਲੀ ਵਾਰ ਫਸਟ ਟਾਈਮ 500 ਸਿੰਘਾਂ ਦਾ ਜਥਾ ਜਾ ਰਿਹਾ ਸੀ। ਇਸ ਦਾ ਨਾਮ ਹੀ ਰੱਖਿਆ ਸੀ ਸ਼ਹੀਦੀ ਜਥਾ। ਅਰ ਕਿਹਾ ਸੀ ਕਿ ਸ਼ਾਂਤਮਈ ਹੋ ਕੇ ਜਾਣਾ ਹੈ ਅਤੇ ਸ਼ਹਾਦਤਾਂ ਦੇਣੀਆਂ ਨੇ, ਸ਼ਹਾਦਤਾਂ ਦੇਣੀਆਂ ਨੇ। ਇਸ ਵਾਸਤੇ ਤਿਆਰ ਹੋ ਕੇ ਗਿਆ ਅਤੇ ਜਥੇਦਾਰ ਸਾਹਿਬ ਨੇ ਦੂਜਿਆਂ ਨੇ ਰੋਕਿਆ ਕਿ ਬੀਬੀ ਤੂੰ ਨਾਲ ਨਾ ਜਾ, ਬੱਚਾ ਛੋਟਾ ਹੈ ਤੇਰਾ, ਤੂੰ ਨਾਲ ਨਾ ਜਾ। ਮੈਂ ਜਾਣਾ, ਭਰਾ ਸ਼ਹੀਦ ਹੋਣ ਅਤੇ ਭੈਣ ਸ਼ਹੀਦ ਨਾ ਹੋਵੇ। ਮੈਂ ਵੀ ਗੁਰੂ ਨਾਨਕ ਦੀ ਧੀ ਹਾਂ, ਮੈਂ ਸ਼ਹੀਦ ਹੋਣਾ, ਤੂੰ ਆਪਣੇ ਬੱਚੇ ਦਾ ਧਿਆਨ ਕਰ, ਬੱਚਾ ਛੱਡ ਦੇ ਕਿਸੇ ਕੋਲ। ਕਹਿੰਦੀ ਬਿਲਕੁਲ ਨਹੀਂ, ਬਿਲਕੁਲ ਨਹੀਂ, ਮੈਂ ਬੱਚਾ ਛੱਡ ਕੇ ਨਹੀਂ ਜਾਣਾ ਚਾਹਾਂਗੀ। ਜੇ ਮਾਂ ਸ਼ਹੀਦ ਹੋਣਾ ਚਾਹੁੰਦੀ ਹੈ ਤਾਂ ਉਸ ਮਾਂ ਦਾ ਪੁੱਤਰ ਨਹੀਂ ਸ਼ਹੀਦ ਹੋਣਾ ਚਾਹੀਦਾ? ਮੈਂ ਨਾਲ ਲੈ ਕੇ ਜਾਣਾ। ਦੇਖੋ ਕਿਹੋ ਜਿਹੀ ਤਸਵੀਰ, ਕਿਹੋ ਜਿਹਾ ਜਜ਼ਬਾ ਸਾਡੇ ਸਾਹਮਣੇ ਆਉਂਦਾ ਹੈ। ਚਲੋ ਚੱਲਦਿਆਂ 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 ਬਰਗਾੜੀ ਪਹੁੰਚ ਗਏ। ਬਰਗਾੜੀ ਜਿਸ ਵੇਲੇ ਪਹੁੰਚ ਕੇ ਤੁਰਨ ਲੱਗੇ ਤਾਂ ਜਥੇਦਾਰ ਵਰਪਾਲ ਨੇ ਆ ਕੇ ਫਿਰ ਰੋਕਿਆ, ਮੇਰੀ ਇਹ ਧੀਏ ਤੈਨੂੰ ਬੜਾ ਸਮਝਾਇਆ, ਬੜਾ ਰੋਕਿਆ ਹੈ, ਤੂੰ ਅੱਗੇ ਨਾ ਜਾ, ਅੱਗੇ ਹੁਣ ਗੋਲੀ ਚੱਲਣੀ ਹੈ, ਸਾਨੂੰ ਪਤਾ ਹੈ ਗੋਲੀ ਚੱਲਣੀ ਹੈ, ਪੁਲਿਸ ਨੇ ਕਹਿ ਦਿੱਤਾ, ਆਰਡਰ ਕਰ ਦਿੱਤੇ ਨੇ, ਸ਼ੂਟ ਕਰ ਦੇਣੇ, ਸ਼ੂਟ ਐਂਡ ਕਿਲ, ਆਪਣੇ ਬੱਚੇ ਨੂੰ ਲੈ ਕੇ ਹਟ ਜਾ। ਹੱਥ ਜੋੜ ਕੇ ਆਖਦੀ, ਕਹਿੰਦੀ ਨਹੀਂ ਵੀਰ ਜੀ, ਨਾ ਰੋਕੋ, ਨਾ ਰੋਕੋ, ਜੇ ਮੇਰੇ ਭਰਾ ਸ਼ਹੀਦ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਭੈਣ ਵੀ ਨੂੰ ਵੀ ਸ਼ਹੀਦ ਹੋਣ ਦੀ ਆਗਿਆ ਹੋਣੀ ਚਾਹੀਦੀ ਹੈ, ਮੈਂ ਜਾਣਾ ਹੈ। ਫਿਰ ਉਹੀ ਗੱਲ, ਫਿਰ ਪੁੱਤਰ ਕਿਸੇ ਨੂੰ ਦੇ ਦੇ, ਇੱਕੋ ਇੱਕ ਤੁਹਾਡੀ ਨਿਸ਼ਾਨੀ ਹੈ ਦੰਪਤੀ ਦੀ, ਪੁੱਤਰ ਕਿਸੇ ਨੂੰ ਦੇ ਦੇ। ਕਹਿੰਦੀ ਨਹੀਂ, ਇਹ ਕਿਵੇਂ ਹੋਵੇ, ਮਾਂ ਸ਼ਹੀਦ ਹੋ ਰਹੀ ਹੋਵੇ ਅਤੇ ਪੁੱਤਰ ਪਿੱਛੇ ਰਹਿ ਜਾਵੇ, ਇਹ ਨਹੀਂ, ਇਹ ਨਹੀਂ। ਜਿਹਨੂੰ ਕਹਿੰਦੇ ਤਿੰਗੋਜ ਹੋ ਰਹੀ, ਆਗਿਆ ਲੈ ਲਈ ਵੀ ਮੈਂ ਮਰਨਾ ਹੀ ਮਰਨਾ, ਮੈਂ ਸ਼ਹੀਦ ਹੋਣਾ ਹੈ। ਦੇਖੋ ਦੁਨੀਆ ਦਾ ਇਤਿਹਾਸ, ਸਾਡੇ ਸਿੰਘਾਂ ਦਾ ਇਤਿਹਾਸ, ਸਾਡੀਆਂ ਮਾਈਆਂ ਦਾ ਇਤਿਹਾਸ। ਪਿਛਲੇ ਦਿਨ ਨਾ ਕਿਸੇ ਹੋਰ ਮਸਲੇ 'ਤੇ ਪਾਕਿਸਤਾਨ 'ਤੇ ਇੱਕ ਬੜਾ ਸਿਆਣਾ ਜਿਹਾ ਬੰਦਾ ਬੋਲ ਰਿਹਾ ਸੀ, ਕਹਿੰਦਾ ਇਹ ਜੇ ਕਿਤੇ ਖਾਲਿਸਤਾਨ ਵਾਲੀ ਗੱਲ ਤੁਰ ਪਈ ਨਾ ਤਾਂ ਇਹ ਸਾਡੇ ਲਈ ਸਭ ਤੋਂ ਵਧੇਰੇ ਪ੍ਰੋਬਲਮ ਹੋਵੇਗੀ, ਬਾਕੀ ਗੱਲਾਂ ਛੱਡ ਦਈਏ ਆਪਾਂ। ਜਿਹੜਾ ਉਹਨੇ ਇਸ ਗੱਲ 'ਤੇ ਨੁਕਤੇ 'ਤੇ ਆਖਿਆ, ਕਹਿਣ ਲੱਗੇ ਇਹਨਾਂ ਲੋਕਾਂ ਨੂੰ ਮਰਨ ਤੋਂ ਤਾਂ ਡਰ ਹੀ ਕੋਈ ਨਹੀਂ ਆਉਂਦਾ, ਇਹ ਤਾਂ ਲਹੂ ਵਿੱਚ ਨਹਾ ਕੇ ਨਿਕਲੇ ਨੇ। ਜਿੰਨਾ ਮਰਜ਼ੀ ਲਹੂ ਡੁੱਲ ਜਾਵੇ, ਕਿਸੇ ਦਾ ਨਹੀਂ ਡੁੱਲਣ ਦਾ ਇਹਨਾਂ ਨੂੰ ਚਾਅ ਹੈਗਾ, ਆਪਣਾ ਲਹੂ ਡੁੱਲਣ ਦਾ ਇਹਨਾਂ ਨੂੰ ਚਾਅ ਰਹਿੰਦਾ। ਹਰ ਵੇਲੇ ਸ਼ਹੀਦ ਹੋਣ ਲਈ ਤਿਆਰ ਨੇ, ਅਤੇ ਜਿਹੜਾ ਹਰ ਵੇਲੇ ਮਰਨ ਲਈ ਤਿਆਰ ਹੋਵੇ ਨਾ, ਜੀਵਨ ਦਾ ਹੱਕ ਉਸਦੇ ਕੋਲ ਹੀ ਰਹਿੰਦਾ ਹੁੰਦਾ। ਇਹਨੂੰ ਨਾ ਛੇੜੋ ਤੁਸੀਂ। ਕਿਹੜਾ ਸ਼ਬਦ ਅਸੀਂ ਚੇਤੇ ਕਰ ਲਈਏ, ਮਰਨ ਮੁਨਸਨ ਸੋਰਿਆਂ ਹੱਕ ਹੈ, ਮਰਨ ਨਾ ਮੰਦਾ ਲੋਕਾਂ ਆਖੀ ਹੈ,
ਮਰਤਾ ਮਰਤਾ ਜਗ ਬੂਆ ਮਰ ਪਹੀਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੇ। ਹਾਂਜੀ, ਮੋਹੇ ਮਰਨੇ ਕਾ ਚਾਉ ਹੈ ਕਬੀਰ। ਮੋਹੇ ਕੇਵਲ ਭਾਈਆਂ ਨੇ ਨਹੀਂ ਆਖਿਆ, ਮਾਈਆਂ ਨੇ ਵੀ ਬਰਾਬਰ ਆਖਿਆ। ਹਰ ਸੰਗਤ ਜੀ, ਉਸ ਵੇਲੇ ਇਵੇਂ ਹੋਇਆ ਹੈ, ਲਾਸਟ ਮੂਮੈਂਟ 'ਤੇ ਜਿਸ ਵੇਲੇ ਉੱਥੇ ਇਹਨਾਂ ਨੇ ਟਿੱਬੀ ਸਾਹਿਬ ਪਹੁੰਚਣਾ ਸੀ, ਅਤੇ ਟਿੱਬੀ ਸਾਹਿਬ ਪਹੁੰਚਣ ਤੋਂ ਤਕਰੀਬਨ 150 ਮੀਟਰ ਪਿੱਛੇ ਰੋਕ ਲਿਆ ਗਿਆ। ਔਰ ਪੁਲਿਸ ਅਫੀਸਰ ਨੇ ਆਖਿਆ, ਇਹ ਲਾਈਨ ਹੈ, ਇਸ ਤੋਂ ਅੱਗੇ ਤੁਸੀਂ ਕਿਸੇ ਨੇ ਨਹੀਂ ਵਧਣਾ, ਜੇ ਕੋਈ ਵਧਿਆ ਤਾਂ ਫਾਇਰਿੰਗ ਹੋਏਗੀ। ਅਤੇ ਪਤਾ ਕੀ ਆਖਿਆ ਸਾਰਿਆਂ ਨੇ, ਕਹਿੰਦੇ ਨੇ ਤੂੰ ਆਪਣੇ ਫਾਇਰ ਕਰ, ਤੂੰ ਆਪਣਾ ਕੰਮ ਕਰ, ਅਤੇ ਜੋ ਸਾਨੂੰ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ, ਜੋ ਪੰਥ ਵੱਲੋਂ ਹੁਕਮ ਹੋਇਆ, ਅਸੀਂ ਆਪਣਾ ਕੰਮ ਕਰਾਂਗੇ। ਬੜੀ ਜ਼ਬਰਦਸਤ ਫਾਇਰਿੰਗ ਹੋਈ ਹੈ, ਬਹੁਤ ਜ਼ਬਰਦਸਤ। ਜ਼ਬਰਦਸਤ ਫਾਇਰਿੰਗ ਹੋਣ ਦੇ ਬਾਵਜੂਦ ਸਿੰਘਾਂ ਨੂੰ ਇਹ ਹੁਕਮ ਸੀ ਕਿ ਤੁਸੀਂ ਨਾ ਰੁਕਣਾ ਨਹੀਂ ਹੈਗਾ, ਵੱਧਦੇ ਜਾਣਾ ਹੈ। ਔਰ ਸਬੱਬ ਨਾਲ ਦੇਖੋ ਤੁਸੀਂ ਕੀ ਸਬੱਬ ਕੀ ਬਣਦਾ ਹੈ। ਬੱਚਾ ਚੁੱਕਿਆ ਹੋਇਆ, ਕੁੱਛੜ ਲਾਇਆ ਹੋਇਆ, ਅੱਗੇ ਵੱਧਦੀ ਪਈ ਹੈ, ਇੱਕ ਗੋਲੀ ਆ ਕੇ ਨਾ ਬੱਚੇ ਦੇ ਵੱਜੀ, ਟਿਕਾਣੇ 'ਤੇ ਵੱਜੀ, ਐਂ ਕਹਿ ਲਈਏ, ਟਿਕਾਣੇ 'ਤੇ ਗੋਲੀ ਵੱਜੀ। ਬੱਚਾ ਥੋੜ੍ਹਾ ਜਿਹਾ ਹਿੱਲਿਆ, ਤੜਪਿਆ ਅਤੇ ਸ਼ਾਂਤ ਹੋ ਗਿਆ। ਬੀਬੀ ਬਲਬੀਰ ਕੌਰ ਨੇ ਸਮਝ ਲਿਆ, ਸ਼ਹੀਦ ਹੋ ਗਿਆ ਹੈ। ਬੱਚਾ ਉੱਥੇ ਹੀ ਲਟਾ ਦਿੱਤਾ, ਛੱਡ ਦਿੱਤਾ, ਉੱਥੇ ਹੀ ਛੱਡ ਦਿੱਤਾ। ਜਿਹੜੇ ਬਾਕੀ ਸਿੰਘ ਸ਼ਹੀਦ ਹੋਏ ਸਨ, ਉਹਨਾਂ ਵਿੱਚੋਂ ਇੱਕ ਨਿਸ਼ਾਨਚੀ ਸੀ, ਉਹ ਵੀ ਸ਼ਹੀਦ ਹੋ ਗਿਆ ਗੋਲੀ ਲੱਗਣ ਨਾਲ। ਉਹਦਾ ਡਿੱਗਦਾ ਹੋਇਆ ਹੱਥੋਂ ਨਿਸ਼ਾਨ ਅੱਗੇ ਵੱਧ ਕੇ ਅਤੇ ਨਿਸ਼ਾਨ ਸਾਹਿਬ ਆਪ ਫੜ ਲਿਆ, ਆਪ ਫੜ ਲਿਆ। ਲੇਕਿਨ ਬਹੁਤੇ ਇਤਿਹਾਸਕਾਰ ਤਾਂ ਇਉਂ ਲਿਖਦੇ ਨੇ, ਕਹਿੰਦੇ ਨੇ ਕਿ ਗੋਲੀਆਂ ਚੱਲਦੀਆਂ ਵਿੱਚੋਂ, ਵੜਦੀਆਂ ਗੋਲੀਆਂ ਵਿੱਚੋਂ ਇਸ ਬੀਬੀ ਨੇ ਅੱਗੇ ਵੱਧ ਕੇ ਜਾ ਕੇ ਟਿੱਬੀ ਸਾਹਿਬ ਅਤੇ ਨਿਸ਼ਾਨ ਸਾਹਿਬ ਗੜ ਦਿੱਤਾ ਅਤੇ ਜੈਕਾਰਾ ਗਜਾਇਆ। ਬੋਲੇ ਸੋਨਿਹਾਲ, ਲੇਕਿਨ ਜੇ ਇਵੇਂ ਹੀ ਹੋਇਆ ਹੋਵੇ, ਇਸੇ ਬੀਬੀ ਨੇ ਜਾ ਕੇ ਨਿਸ਼ਾਨ ਸਾਹਿਬ ਉੱਥੇ ਟਿੱਬੀ ਸਾਹਿਬ 'ਤੇ ਲਗਾਇਆ ਹੋਵੇ, ਮੈਂ ਗਿਆ, ਦਰਸ਼ਨ ਕੀਤੇ ਨੇ, ਉਹ ਨਿਸ਼ਾਨ ਸਾਹਿਬ ਅਜੇ ਸੰਭਾਲ ਕੇ ਰੱਖਿਆ ਹੋਇਆ, ਉਸ ਵੇਲੇ ਦਾ ਲਗਾਇਆ ਹੋਇਆ, ਅਜੇ ਸੰਭਾਲ ਕੇ ਰੱਖਿਆ ਹੋਇਆ। ਪਰ ਉਸ ਵੇਲੇ ਨਾ ਇੱਕ ਸੁੰਦਰ ਰਵਾਇਤ ਸੀ, ਸਾਡੀ ਪਰੰਪਰਾ ਸੀ, ਜਿਸ ਵੇਲੇ ਮੋਰਚਾ ਫਤਿਹ ਹੋ ਜਾਂਦਾ ਸੀ, ਮੁੜ ਕੇ ਅਕਾਲ ਤਖਤ ਸਾਹਿਬ 'ਤੇ ਆਉਂਦੇ ਸੀ, ਉਹਨਾਂ ਨੂੰ ਸਿਰੋਪੇ ਦਿੱਤੇ ਜਾਂਦੇ ਸੀ, ਜਿਵੇਂ ਤੁਸੀਂ ਮਾਣ ਸਨਮਾਨ ਸਾਰਿਆਂ ਦਾ ਕਰ ਰਹੇ ਹੋ। ਇਹ ਗੁਰੂ ਘਰ ਦੇ ਵੱਲੋਂ ਨਾ ਇੱਕ ਮਰਿਆਦਾ ਆਪਣੀ ਤੁਰੀ ਆ ਰਹੀ ਹੈ। ਵਿੱਚ ਬੀਬੀ ਕਿਸ਼ਨ ਕੌਰ ਦਾ ਜ਼ਿਕਰ ਹੈਗਾ ਹੈ, 2-2.5 ਸਾਲ ਕੈਦ ਕੱਟ ਕੇ ਬਾਅਦ ਵਿੱਚ ਆਉਂਦੀ ਹੈ, ਜਥੇਦਾਰ ਵਰਪਾਲ ਬਾਅਦ ਵਿੱਚ ਆਉਂਦੇ ਨੇ, ਉਹਨਾਂ ਨੂੰ ਸਿਰੋਪੇ ਅਕਾਲ ਤਖਤ 'ਤੇ ਦਿੱਤੇ ਗਏ ਨੇ। ਬੀਬੀ ਬਲਬੀਰ ਕੌਰ ਦਾ ਜ਼ਿਕਰ ਨਹੀਂ ਹੈਗਾ ਵੀ ਉਹ ਇੱਥੇ ਆਈ ਹੈ, ਨਾ ਬਾਅਦ ਵਿੱਚ ਕਿਤੇ ਟਿਕੀ ਹੋਵੇ। ਮੈਂ ਇਹ ਗੱਲ ਕਿਉਂ ਕਹਿ ਰਿਹਾ, ਮੈਂ ਇਸ ਇਤਿਹਾਸ ਦੇ ਪੱਖ 'ਤੇ ਮੈਂ ਜ਼ਿਆਦਾ ਜ਼ੋਰ ਦਿੰਦਾ ਹਾਂ ਕਿ ਨਿਸ਼ਾਨ ਸਾਹਿਬ ਲੈ ਕੇ ਉੱਥੇ ਆ ਕੇ ਲਗਾਉਣ ਵਾਲੀ ਬੀਬੀ ਕੋਈ ਹੋਰ ਹੈ, ਬੀਬੀ ਬਲਬੀਰ ਕੌਰ ਵੀ ਉੱਥੇ ਚੱਲਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਈ ਅਤੇ ਸ਼ਹੀਦ ਹੋ ਗਈ। ਖੁਸ਼ੀ ਹੈ, ਮੋਰਚਾ ਫਤਿਹ ਹੋਇਆ। ਅੰਗਰੇਜ਼ ਗਵਰਨਮੈਂਟ ਨੇ ਇਸ ਜੈਤੋ ਦੇ ਮੋਰਚੇ ਚੱਲਦਿਆਂ ਦੇ ਦੌਰਾਨ ਹੀ ਗੁਰਦੁਆਰਾ ਐਕਟ 1925 ਵਿੱਚ ਪ੍ਰਵਾਨ ਕਰ ਲਿਆ। ਜਿਸ ਵੇਲੇ ਪ੍ਰਵਾਨ ਕਰ ਲਿਆ, ਪਾਸ ਕਰ ਲਿਆ, ਹੈ ਮਿਸਟਰ ਮੈਲਕਮ ਹੇਰੀ ਸਨ, ਉਹਨਾਂ ਨੇ ਬੜੀ ਫੁਰਤੀ ਦੇ ਨਾਲ ਫਟਾਫਟ ਨਾ ਇਹ ਕੰਮ ਜਿਹੜਾ ਹੈ ਇਹਨੂੰ ਸਿਰੇ ਤੁਸੀਂ ਚੜ੍ਹਾਓ ਅਤੇ ਸਿੱਖਾਂ ਦੇ ਗਲ ਵਿੱਚ ਪਾਓ। ਬੜੀ ਨਾ ਸਪਸ਼ਟ ਨੇ ਇਹ ਗੱਲਾਂ ਸਾਰੀਆਂ, ਸਿੱਖਾਂ ਦੇ ਗਲ ਵਿੱਚ ਪਾਓ। ਮੈਨੂੰ 2-3 ਮਿੰਟ ਹੋਰ ਦਿਓ ਜੇ, ਆਪਾਂ ਸਮਾਪਤੀ ਕਰ ਦਿੰਦੇ ਹਾਂ। ਜਿਸ ਵੇਲੇ ਐਕਟ ਪ੍ਰਵਾਨ ਹੋ ਗਿਆ, ਸਿੱਖ ਨੇਤਾਵਾਂ ਦੀ ਨਾ ਸਹਿਮਤੀ ਨਾਲ ਇਹ ਸਾਰਾ ਕੁਝ ਕਾਰਜ ਜਿਹੜਾ ਸੀ ਨਾ ਸਿਰੇ ਚੜ੍ਹਿਆ। ਮੈਲਕਮ ਨੇ ਕਿਉਂ ਕਰਵਾਇਆ, ਹੇਲੀ ਨੇ ਕਿਉਂ ਕਰਵਾਇਆ ਫਟਾਫਟ, ਜਿਹੜਾ ਮੈਂ ਕਿਹਾ ਕਿ ਉਸਨੇ ਚਾਹਿਆ ਵੀ ਇਹ ਫਟਾਫਟ ਹੋ ਜਾਵੇ। ਉਹ ਕਹਿ ਰਿਹਾ ਸੀ ਇਹ ਆਪਸ ਵਿੱਚ ਲੜਨੋਂ ਤਾਂ ਹਟਦੇ ਨਹੀਂ ਪਏ, ਨਾਲੇ ਮੋਰਚਾ ਲੱਗਾ ਹੋਇਆ, ਇੱਕ ਦੂਜੇ ਦੇ ਵਿਰੁੱਧ ਭੁਗਤੀ ਜਾਂਦੇ ਨੇ, ਇੱਕ ਦੂਜੇ ਦੇ ਵਿਰੁੱਧ। ਲਾਹੌਰ ਕਿਲ੍ਹੇ ਦੇ ਅੰਦਰ ਨਜ਼ਰਬੰਦ ਕੀਤੇ ਹੋਏ ਸਨ,
ਕਹਿਣ ਲੱਗੇ ਜਿਹੜੇ ਬਾਹਰ ਦੇ ਨੇ ਇਹਨਾਂ ਦੀ ਆਪਣੀ ਬੋਲੀ, ਜਿਹੜੇ ਅੰਦਰ ਬੈਠੇ ਨੇ ਇਹਨਾਂ ਦੀ ਆਪਣੀ ਬੋਲੀ ਹੈ, ਅਤੇ ਮੈਂ ਕਿਉਂ ਆਪਣੀ ਸਿਰ ਪੀੜ ਲੈ ਕੇ ਬੈਠਾ ਹੋਇਆ? ਅੰਗਰੇਜ਼ ਗਵਰਨਮੈਂਟ ਇਹ ਸਿਰ ਪੀੜ ਕਿਉਂ ਲਵੇ? ਫਟਾਫਟ ਇਹ ਐਕਟ ਮੰਗਦੇ ਨੇ, ਇਹ ਐਕਟ ਪ੍ਰਵਾਨ ਕਰਵਾਓ ਤੁਸੀਂ ਅਤੇ ਸਿੱਖਾਂ ਦੇ ਗਲ ਵਿੱਚ ਪਾਓ। ਇਹ ਅੱਜ ਨਹੀਂ ਰਲ ਕੇ ਟਿੱਕੇ ਬੈਠੇ ਅਤੇ ਇੱਕ ਭਲਕੇ ਟਿੱਕੇ ਬਹਿਣਗੇ ਸਾਰੇ ਜਣੇ। ਪੁਆਇੰਟ ਪੁਆਇੰਟ ਸਮਝਿਓ ਜੇ, ਜਿਹੜਾ ਦੁਸ਼ਮਣ ਸਾਡੇ ਪੁਆਇੰਟ ਨੂੰ ਸਮਝ ਪਏ, ਹੁਣ ਕੀ ਹਾਲ ਹੈ ਸਾਡਾ? ਹਾਂਜੀ, ਔਰ ਜਿਹੜਾ ਪੁਆਇੰਟ ਮੈਂ ਤੁਹਾਨੂੰ ਦੇਣ ਵਾਸਤੇ ਜਾ ਰਿਹਾ, ਤੁਹਾਡੇ ਧਿਆਨ 'ਚ ਮੈਂ ਲਿਆ ਰਿਹਾ, ਜਿਸ ਵੇਲੇ ਪ੍ਰਵਾਨ ਹੋ ਗਿਆ ਨਾ ਅਤੇ ਇਹਨਾਂ ਨੇ ਕਿਹਾ ਵੀ ਉਹ ਜੈਤੋ ਵਾਲੇ ਵੀ ਛੱਡ ਦਿਓ, ਹੁਣ ਅਖੰਡ ਪਾਠ ਕਰਵਾ ਲਓ, ਜਿੰਨੇ ਮਰਜ਼ੀ ਜਾ ਕੇ ਅਖੰਡ ਪਾਠ ਤੁਸੀਂ ਕਰ ਲਓ ਉੱਥੇ, ਅਤੇ ਨਾਲ ਆਖਿਆ ਵੀ ਜਿਹੜੇ ਜੇਲ੍ਹ ਵਿੱਚ ਨੇ ਨਾ ਸਭਨਾਂ ਨੂੰ ਛੱਡ ਦਿੱਤਾ ਜਾਵੇ, ਪਰ ਇਹ ਸਾਰੇ ਨਾ ਇੱਕ ਸਮਝੌਤੇ 'ਤੇ ਸਾਈਨ ਕਰਕੇ ਜਾਣ ਕਿ ਜਿਹੜਾ ਜੱਦੋ ਜਹਿਦ ਕਰਕੇ ਅਸੀਂ ਐਕਟ ਲੈਣਾ ਚਾਹੁੰਦੇ ਸਾਂ, ਸਰਕਾਰ ਨੇ ਪ੍ਰਵਾਨ ਕਰ ਲਿਆ, ਉਸ 'ਤੇ ਸਾਈਨ ਕਰਨ ਕਿ ਹਾਂ ਅਸੀਂ ਬਾਹਰ ਨਿਕਲ ਕੇ ਇਸ ਐਕਟ ਦੇ ਅਨੁਸਾਰ ਚੱਲਾਂਗੇ। ਤੁਸੀਂ ਧਿਆਨ ਕਰਿਓ ਜੀ, ਇਹਦੇ ਵਿੱਚ ਕੋਈ ਓਬਜੈਕਸ਼ਨ ਵਾਲੀ ਗੱਲ ਹੈਗੀ ਹੈ? ਇਹਦੇ 'ਚ ਕੋਈ ਓਬਜੈਕਸ਼ਨ ਵਾਲੀ ਗੱਲ ਹੈਗੀ ਹੈ ਸਾਈਨ ਕਰਨ ਦੇ ਵਿੱਚ? ਸਰਦਾਰ ਬਹਾਦਰ ਜੀ ਨੂੰ ਖਿਤਾਬ ਦਿੱਤਾ ਹੋਇਆ ਸੀ, ਸਰਦਾਰ ਬਹਾਦਰ ਮਹਿਤਾਬ ਸਿੰਘ ਬੜੇ ਪੜ੍ਹੇ ਲਿਖੇ ਸਨ ਅਤੇ ਗਵਰਨਮੈਂਟ ਦੇ, ਉਹ ਪਹਿਲਾਂ ਗਵਰਨਮੈਂਟ ਦੇ ਸੋਲਿਸਟਰ ਜਨਰਲ ਬਣੇ ਹੋਏ ਸਨ। ਜਿਸ ਵੇਲੇ ਨਨਕਾਣਾ ਸਾਹਿਬ ਦਾ ਹਾਦਸਾ ਹੋਇਆ, ਸਾਕਾ ਹੋਇਆ, ਇਸ ਵੇਲੇ ਵੀ ਅੰਦਰ ਸਨ, ਉਹਨਾਂ ਨੇ ਸਾਈਨ ਕੀਤੇ ਬਾਹਰ ਆ ਗਏ। ਗਿਆਨੀ ਸ਼ੇਰ ਸਿੰਘ ਉਸ ਵੇਲੇ ਦੇ ਬੜੇ ਵਿਦਵਾਨ ਸੱਜਣ ਸਨ, ਮੁਦੱਬਰ ਵਿਅਕਤੀ ਸਨ, ਉਹਨਾਂ ਨੇ ਵੀ ਸਾਈਨ ਕੀਤੇ ਬਾਹਰ ਆ ਗਏ। ਹੋਰ ਕੁਝ ਵੀ ਬਾਹਰ ਆ ਗਏ। ਮਾਸਟਰ ਤਾਰਾ ਸਿੰਘ ਕਹਿਣ ਲੱਗੇ ਅਸੀਂ ਨਹੀਂ ਬਾਹਰ ਜਾਣਾ। ਤੇਜਾ ਸਿੰਘ ਸਮੁੰਦਰੀ ਕਹਿਣ ਲੱਗੇ ਅਸੀਂ ਐਵੇਂ ਬਾਹਰ ਨਹੀਂ ਜਾਣਾ, ਸਾਡੇ ਕੋਲ ਈਨ ਬਣਵਾਈ ਜਾ ਰਹੀ ਹੈ। ਇੱਕ ਦੂਜੀ ਗੱਲ ਇਹ ਹੈ ਜਿਹੜਾ ਸਾਡਾ ਨੁਕਤਾ ਧਿਆਨ ਕਰਨ ਵਾਲਾ ਹੈ, ਜਿਸ ਕਰਕੇ ਹੇਲੀ ਨੇ ਜ਼ੋਰ ਪਾਇਆ, ਮਾਸਟਰ ਜੀ ਕਹਿਣ ਲੱਗੇ ਇਸ ਵੇਲੇ ਇਹ ਕਾਨੂੰਨ ਬਣਾਉਣਾ, ਕਾਨੂੰਨ ਬਣਾ ਕੇ ਗੁਰਦੁਆਰਿਆਂ ਦਾ ਪ੍ਰਬੰਧ ਲੈਣਾ ਮਹੰਤਾਂ ਦੇ ਪਾਸੋਂ ਸਾਡੀ ਮਜਬੂਰੀ ਹੈ, ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਕਿ ਜਦ ਤੱਕ ਤੁਸੀਂ ਇਹ ਕਾਨੂੰਨ ਬਣਾ ਕੇ ਉਸ ਦੇ ਅਨੁਸਾਰ ਜਿੱਤ ਕੇ ਤੁਸੀਂ ਚੋਣਾਂ ਲੜ ਕੇ ਨਹੀਂ ਆਉਂਦੇ ਹੋ, ਤੁਹਾਨੂੰ ਪ੍ਰਬੰਧ ਨਹੀਂ ਸੌਂਪਿਆ ਜਾ ਸਕਦਾ। ਮਾਸਟਰ ਜੀ ਕਹਿਣ ਲੱਗੇ ਇਹ ਚੋਣਾਂ ਦਾ ਕੀ ਅਰਥ ਹੋਇਆ ਸਾਡੇ ਵਿੱਚ? ਇਹ MLA ਦੀਆਂ ਚੋਣਾਂ ਨੇ, ਇਹ ਪਾਰਲੀਮੈਂਟ ਦੀਆਂ ਚੋਣਾਂ ਨੇ, ਗੁਰਦੁਆਰਿਆਂ ਦੇ ਵਿੱਚ ਚੋਣਾਂ ਦਾ ਕੀ ਮਤਲਬ ਹੈ? ਯਾਦ ਰੱਖਿਓ ਜੇ ਸਿੰਘੋ, ਐਂ ਸੰਬੋਧਨ ਕਰਦੇ ਆਖਿਆ ਕਰਦੇ ਸਨ ਸਪਸ਼ਟ ਤੌਰ 'ਤੇ, ਸਿੰਘੋ ਯਾਦ ਰੱਖਿਓ ਜੇ ਇਹ ਡੈਮੋਕ੍ਰੇਟਿਕ ਪ੍ਰਬੰਧ ਜਿਹੜਾ ਗੁਰਦੁਆਰਿਆਂ ਦਾ ਹੈ, ਇਹ ਸਿੱਖਾਂ ਦੀਆਂ ਪੱਗਾਂ ਸਿੱਖਾਂ ਦੇ ਹੱਥ ਵਿੱਚ ਹੋਣਗੀਆਂ, ਅਸੀਂ ਬਦਲਣਾ ਹੈ, ਅਸੀਂ ਇਹ ਨਹੀਂ ਲੈ ਕੇ ਚੱਲਣਾ। ਅੱਜ ਸਾਨੂੰ ਪ੍ਰਵਾਨ ਕਰਨਾ ਪਿਆ ਹੈ ਇਸ ਲਈ ਕਿਉਂਕਿ ਗਵਰਨਮੈਂਟ ਜਿਹੜੀ ਹੈ ਸਾਨੂੰ ਪ੍ਰਬੰਧ ਦੇਣ ਵਾਸਤੇ ਤਿਆਰ ਨਹੀਂ ਹੋ ਰਹੀ ਕਿਸੇ ਤਰ੍ਹਾਂ। ਤੁਸੀਂ ਸਮਝਦੇ ਹੋ ਜਦੋਂ ਕਿਤੇ, ਮੰਨ ਲਓ ਜਿਵੇਂ ਹੁਣ ਮੈਂ ਬੋਲਦਾ ਪਿਆ ਅਤੇ ਦੂਰ ਦੁਰਾਡੇ ਤੱਕ ਆਵਾਜ਼ ਜਾਂਦੀ ਪਈ ਹੈ, ਕਿਸੇ ਨੂੰ ਨਹੀਂ ਸੁਣਦੀ, ਕਿਸੇ ਸਰਕਾਰ ਦੇ ਨੋਟਸ ਵਿੱਚ ਭਲਾ ਨਹੀਂ ਹੈਗੀ, ਅਤੇ ਲੀਡਰ ਸਨ ਮਾਣਯੋਗ ਮਾਸਟਰ ਜੀ ਹੋਰੀ, ਤੇਜਾ ਸਿੰਘ ਸਮੁੰਦਰੀ ਵਰਗੇ। ਹੇਲੀ ਨੇ ਆਖਿਆ ਲਿਖ ਕੇ ਜਾਓ ਕਿ ਜਿਹੜਾ ਤੁਸੀਂ ਐਕਟ ਬਣਾਇਆ ਹੈ, ਬਣਵਾਇਆ ਹੈ, ਤੁਸੀਂ ਉਸ ਦੇ ਪਾਬੰਦ ਰਹੋਗੇ। ਮਾਸਟਰ ਜੀ ਆਖਿਆ ਅਸੀਂ ਠੀਕ ਹੈ ਬਣਵਾਇਆ ਹੈ ਪਰ ਪਾਬੰਦ ਰਹਾਂਗੇ, ਅਸੀਂ ਇਹ ਲਿਖ ਕੇ ਨਹੀਂ ਦੇਣਾ ਚਾਹੁੰਦੇ, ਅਸੀਂ ਇਹਨੂੰ ਚੇਂਜ ਕਰਨਾ ਹੋਵੇਗਾ, ਬਦਲਣਾ ਹੋਵੇਗਾ। ਇਸ ਕੁਝ ਜਿਹੜੇ ਨਿਕਲ ਕੇ ਆ ਗਏ ਨਾ ਅੰਦਰਲਿਆਂ ਨੇ ਅਤੇ ਪੰਥਕ ਤੌਰ 'ਤੇ, ਹੁਣ ਅੰਦਰਲਿਆਂ ਦੀ ਗੱਲ ਬੜੀ ਚੱਲਦੀ ਸੀ, ਸਾਰਿਆਂ ਨੇ ਪੰਥ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਤਾਂ ਲਿੱਦ ਕਰਕੇ ਆ ਗਏ ਨੇ, ਲਿੱਦ ਕਰਕੇ ਆ ਗਏ ਨੇ, ਚੰਗਾ ਨਹੀਂ ਸਮਝਿਆ। ਇਲੈਕਸ਼ਨਾਂ ਵੀ ਹੋਈਆਂ ਔਰ ਇਲੈਕਸ਼ਨਾਂ ਵਿੱਚ ਇਹ ਹਾਰ ਗਏ, ਅੰਦਰ ਵਾਲੇ ਜਿਹੜੇ ਸਨ ਨਾ ਉਹ ਬਹੁ ਗਿਣਤੀ ਦੇ ਜਿੱਤ ਗਏ, ਅਤੇ ਸ਼੍ਰੋਮਣੀ ਕਮੇਟੀ ਜਿਹੜੀ ਸੀ ਅਗਾਂ ਫਿਰ ਉਹਨਾਂ ਦੇ ਹੱਥ ਵਿੱਚ ਸਾਰਿਆਂ ਦੇ ਵਿੱਚ ਆ ਗਈ, ਜਿਨ੍ਹਾਂ ਦੇ ਪਹਿਲੇ ਪ੍ਰਧਾਨ ਆਲੂਵਾਲੀ ਆ ਬਾਬਾ ਖੜਕ ਸਿੰਘ ਹੋਣੀ ਬਣੇ, ਅਤੇ ਮੀਤ ਪ੍ਰਧਾਨ ਉਹਨਾਂ ਦੇ ਨਾਲ ਮਾਸਟਰ ਤਾਰਾ ਸਿੰਘ ਹੋਣੀ ਬਣੇ। ਮੈਂ ਤੁਹਾਨੂੰ ਧਿਆਨ ਦਿਵਾਉਣ ਲੱਗਾ ਸਾਂ, ਨਨਕਾਣਾ ਸਾਹਿਬ ਸ਼ਹੀਦ ਕਿਉਂ ਸਿੰਘ ਹੋਏ? ਸਿਰਫ ਗੁਰਦੁਆਰਿਆਂ 'ਤੇ ਕਬਜ਼ਾ ਕਰਨਾ ਹੀ ਇੱਕ ਮਕਸਦ ਸੀ? ਇਹੀ ਗੱਲ ਸੀ।
ਅੱਜ ਵੀ ਅਸੀਂ ਨਾ ਲਫਜ਼ ਮੰਗਦੇ ਹਾਂ, ਇੱਛਾ ਰੱਖਦੇ ਹਾਂ, ਇੱਕ ਸੰਟੈਂਸ ਬਣਾ ਕੇ ਅਰਦਾਸ ਵਿੱਚ ਬਾਅਦ ਵਿੱਚ ਸ਼ਾਮਿਲ ਕੀਤਾ ਗਿਆ 1950 ਦੇ ਵਿੱਚ ਕਿ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਪ੍ਰਦਾਨ ਕਰੋ। ਪ੍ਰਬੰਧ ਸ਼ਬਦ ਨਹੀਂ ਆਖਿਆ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਕਿਵੇਂ ਕਰਿਓ ਜੀ? ਮੈਂ ਸਾਡੇ ਸਾਰੇ ਗੁਰਦੁਆਰਿਆਂ ਦੇ ਵਿੱਚ ਸੇਵਾ ਸੰਭਾਲ ਹੀ ਹੋ ਰਹੀ ਹੈ, ਝਗੜੇ ਸੇਵਾ ਸੰਭਾਲਦੇ ਹੀ ਨੇ ਭਲਾ, ਕਿ ਕੁਛ ਹੋਰ ਵੀ ਹੈਗਾ? ਇਹ ਸੇਵਾ ਸੰਭਾਲ ਕਰਨ ਵਾਲੇ ਹੈਂ, ਇਹ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਲੇ ਹੈਗੇ ਨੇ, ਜਿਹੜੇ ਸੁਪਨੇ ਲੈ ਕੇ ਭਾਈ ਲਛਮਣ ਸਿੰਘ ਹੋਰਾਂ ਨੇ, ਕਰਤਾਰ ਸਿੰਘ ਝੱਬਰ ਹੋਰਾਂ ਨੇ, ਭਾਈ ਦਲੀਪ ਸਿੰਘ ਹੋਰਾਂ ਨੇ ਸਿੱਧੇ ਮਹੰਤਾਂ ਦੇ ਨਾਲ ਟੱਕਰ ਲਈ ਸੀ, ਇਹ ਸੁਪਨੇ ਪੂਰੇ ਕਰਦੇ ਹਾਂ ਕਿ ਸਾਡੇ ਗੁਰਦੁਆਰਿਆਂ ਦਾ ਪ੍ਰਬੰਧ, ਗੁਰਦੁਆਰਿਆਂ ਦੇ ਅੰਦਰ ਹੋ ਰਿਹਾ ਪ੍ਰਚਾਰ ਉਹਨਾਂ ਸੁਪਨਿਆਂ ਦੀ ਪੂਰਤੀ ਕਰਦਾ। ਦੈਨ ਹੂ ਇਜ਼ ਰਿਸਪੋਂਸੀਬਲ, ਕੌਣ ਜ਼ਿੰਮੇਵਾਰ ਹੈ ਸਾਰੇ ਕੁਝ ਦਾ, ਕੌਣ ਜ਼ਿੰਮੇਵਾਰ ਹੈ? ਅਸੀਂ ਭੱਜ ਕੇ ਕਿਸੇ ਲੀਡਰ ਦਾ ਨਾਂ ਲੈ ਦਿਆਂਗੇ, ਫਲਾਣਾ ਹੈ ਜੀ, ਫਲਾਣਾ ਹੈ ਜੀ, ਫਲਾਣਾ ਹੈ ਜੀ। ਖਿਮਾ ਕਰਿਓ ਜੀ, ਮੈਂ ਹੱਥ ਜੋੜ ਕੇ ਆਖਦਾ, ਵੀ ਆਲ ਆਰ ਰਿਸਪੋਂਸੀਬਲ, ਅਸੀਂ ਆਪ ਸਾਰੇ ਜ਼ਿੰਮੇਵਾਰ ਹਾਂ। ਅਸੀਂ ਜ਼ਿੰਮੇਵਾਰ ਨਹੀਂ ਹਾਂ, ਅਸੀਂ ਪੰਥ ਦਾ ਅੰਗ ਨਹੀਂ ਹਾਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਪੰਥਕ ਤੌਰ 'ਤੇ ਬਣਦੀ। ਮੈਂ ਸਮਝਦਾ ਅਸੀਂ ਸਾਰੇ ਜ਼ਿੰਮੇਵਾਰ ਹਾਂ, ਸਾਡੇ ਪ੍ਰਚਾਰਕ ਵੀ ਜ਼ਿੰਮੇਵਾਰ ਨੇ, ਸਾਡੇ ਪ੍ਰਬੰਧਕ ਵੀ ਜ਼ਿੰਮੇਵਾਰ ਨੇ, ਸਾਡੀਆਂ ਸੰਗਤਾਂ ਵੀ ਜ਼ਿੰਮੇਵਾਰ ਨੇ। ਉਹ ਬੀਬੀ ਬਲਵੀਰ ਕੌਰ ਨੇ ਜਿਸ ਵਾਸਤੇ ਸ਼ਹਾਦਤ ਪਾਈ, ਆਪਣਾ ਪੁੱਤਰ ਵਾਰਿਆ, ਇਹ ਬਲਵੀਰ ਕੌਰ ਦੀਆਂ ਵਾਰਸ ਸਾਡੀਆਂ ਧੀਆਂ, ਇਹਨਾਂ ਦੇ ਅੰਦਰ ਉਹ ਚੇਤਨਾ ਹੈਗੀ ਅੱਜ? ਇਸ ਪ੍ਰਕਾਰ ਦੀ ਬਾਤ ਹੈਗੀ ਹੈ? ਮੈਨੂੰ ਖੁਸ਼ੀ ਹੋਈ ਇਸ ਗੱਲ ਦੀ ਕਿ ਅੱਜ 11 ਵਿਅਕਤੀਆਂ ਨੇ, ਪ੍ਰਾਣੀਆਂ ਨੇ, ਗੁਰੂ ਕੇ ਪਿਆਰ ਕਰਨ ਵਾਲਿਆਂ ਨੇ ਖੰਡੇ ਦੀ ਪੌਲ ਪ੍ਰਾਪਤ ਕੀਤੀ। ਹਾਂਜੀ, ਮੈਂ ਮੁਬਾਰਕਾਂ ਦਿੰਦਾ ਜਥੇਦਾਰ ਸਾਹਿਬ ਅਤੇ ਇਹਨਾਂ ਦੀ ਸਾਰੀ ਟੀਮ, ਜਿਤਨੇ ਵੀ ਤੁਸੀਂ ਹੈਗੇ ਹੋ, ਭਾਈ ਜਰਨੈਲ ਸਿੰਘ ਜੀ ਅਤੇ ਹੋਰ ਸਾਰੇ ਸਾਥੀ ਨੌਜਵਾਨ ਮੇਰੇ ਵੀਰ, ਮੈਂ ਮੁਬਾਰਕਾਂ ਦਿੰਦਾ। ਪਰ ਇਹ ਮੇਰੀਆਂ ਸਾਰੀਆਂ ਭੈਣਾਂ ਅੰਮ੍ਰਿਤਧਾਰੀ ਬੈਠੀਆਂ ਹੋਈਆਂ ਨੇ ਭਲਾ, ਤੁਸੀਂ ਸਾਰੀਆਂ ਨੇ ਅੰਮ੍ਰਿਤ ਛਕਿਆ ਹੋਇਆ ਜਿੰਨੇ ਕੋ ਬੈਠੀਆਂ ਜੇ ਹੁਣ? ਜਵਾਬ ਦਿਓ ਆਪਣੇ ਆਪ ਨੂੰ, ਤੁਸੀਂ ਕਿਉਂ ਨਹੀਂ ਛਕਿਆ? ਤੁਹਾਨੂੰ ਸਾਰੀਆਂ ਨੂੰ ਛਕਣਾ ਚਾਹੀਦਾ। ਤੁਸੀਂ ਮਾਈ ਕਿਸ਼ਨ ਕੌਰ ਦੀਆਂ ਵਾਰਸ ਦੇ, ਬਲਵੀਰ ਕੌਰ ਹੋਰਾਂ ਦੀਆਂ ਵਾਰਸ ਦੇ, ਤੁਸੀਂ ਸ਼ੇਰਣੀਆਂ ਹੀ ਸ਼ੇਰ ਬੱਚਿਆਂ ਨੂੰ ਜਨਮ ਦੇ ਸਕਦੀਆਂ ਨੇ। ਵਾਹਿਗੁਰੂ! ਕਦੀ ਗਿੱਦੜੀਆਂ ਸ਼ੇਰਾਂ ਨੂੰ ਜਨਮ ਦਿੰਦੀਆਂ ਹੁੰਦੀਆਂ ਨੇ? ਜੇ ਤੁਹਾਡੇ ਅੰਦਰ ਧਰਮ ਹੈਗਾ ਹੈ, ਜੇ ਤੁਹਾਡੇ ਅੰਦਰ ਸ਼ਹਾਦਤ ਦੀ ਸਪਿਰਿਟ ਹੈਗੀ ਹੈ, ਫਿਰ ਹੀ ਤੁਹਾਡੇ ਵਿਹੜਿਆਂ ਦੇ ਵਿੱਚ ਨਾ ਹੈ ਖੇਡਣ ਵਾਲੇ ਸੂਰਮੇ ਪੁੱਤਰ ਹੋ ਸਕਦੇ ਨੇ, ਸੂਰਮੇ ਭਰਾ ਹੋ ਸਕਦੇ ਨੇ, ਸੂਰਮੇ ਪਤੀ ਹੋ ਸਕਦੇ ਨੇ। ਦੇਖੋ ਇੱਕ ਗੱਲ ਮੈਂ ਛੋਟੀ ਜਿਹੀ ਕਹਿ ਦਿਆਂ, ਤੁਹਾਨੂੰ ਚੇਤੇ ਕਰਵਾ ਦਿਆਂ, ਜਿਸ ਵੇਲੇ ਜੈਤੋ ਦੇ ਮੋਰਚੇ ਵਿੱਚ ਇਹ ਸ਼ਹਾਦਤ ਹੋਈ ਨਾ 21 ਤਰੀਕ ਦੀ, 21 ਫਰਵਰੀ ਦੀ, ਉਸ ਤੋਂ ਬਾਅਦ ਫਿਰ 500 ਹੋਰ ਤੁਰ ਪਏ, 500 ਹੋਰ ਤੁਰ ਪਏ, 500 ਹੋਰ ਤੁਰ ਪਏ, 400 ਚੱਲ ਤੁਰ ਪਏ। ਲੇਕਿਨ ਜਿਸ ਵੇਲੇ ਨਾ ਜਥੇ ਵਿੱਚ ਸਰਦਾਰ ਜਾਂਦਾ ਨਾ, ਸਰਦਾਰਨੀ ਹੱਥ ਜੋੜ ਕੇ ਆਖਦੀ, ਮੈਂ ਸਦਾ ਤੁਹਾਡੀ ਯਾਦ ਵਿੱਚ ਆਪਣੀ ਉਮਰ ਬਿਤਾਵਾਂਗੀ, ਤੁਸੀਂ ਪੰਥ ਨੂੰ ਪਿੱਠ ਦੇ ਕੇ ਨਹੀਂ ਆਉਣਾ, ਤੁਸੀਂ ਪੰਥ ਲਈ ਸ਼ਹੀਦ ਹੋਣਾ, ਅਕਾਲ ਤਖ਼ਤ 'ਤੇ ਆ ਕੇ ਆਖਣਾ, ਆਪਣੇ ਹੱਥੀਂ ਹਾਰ ਪਾ ਕੇ ਆਖਣਾ, ਆਪਣੇ ਸੁਹਾਗ 'ਤੇ ਪੰਥ ਨੂੰ ਪਿੱਠ ਨਹੀਂ ਦੇਣੀ। ਸੰਗਤ ਜੀ, ਅਸੀਂ ਕਈ ਵਾਰ ਆਖਦੇ ਹਾਂ
ਉਹ ਜ਼ਮਾਨਾ ਹੁਣ ਨਹੀਂ ਰਿਹਾ, ਉਹ ਅਕਾਲੀ ਹੁਣ ਨਹੀਂ ਰਹਿ, ਉਹ ਫਲਾਣਾ ਨਹੀਂ ਰਿਹਾ। ਅਸੀਂ ਉਹ ਹੈਗੇ ਹਾਂ, ਸਾਰੇ ਉਹ ਹੈਗੇ ਹਾਂ। ਸਾਡੇ ਗੁਰਦੁਆਰਿਆਂ ਦਾ ਕੀ ਹਾਲ ਹੋ ਚੁੱਕਾ ਹੈ? ਨਾ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਕੋਈ ਰੈਜ਼ੋਲੂਸ਼ਨ ਕੀਤਾ ਹੈ, ਕਦੀ ਹੁਕਮ ਕੀਤਾ ਹੋਵੇ ਸ਼੍ਰੋਮਣੀ ਕਮੇਟੀ ਨੇ ਵੀ ਸਾਰੇ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ? ਨਾ ਅਕਾਲ ਤਖਤ ਸਾਹਿਬ ਤੋਂ ਕੋਈ ਆਦੇਸ਼ ਅੱਜ ਤੱਕ ਹੋਇਆ ਕਿ ਗੁਰਦੁਆਰਿਆਂ ਵਿੱਚ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ? ਇੱਥੇ ਹੀ ਨਹੀਂ, ਪ੍ਰਦੇਸ਼ਾਂ ਦੇ ਵਿੱਚ ਥਾਂ 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 'ਤੇ ਡਾਂਗਾਂ ਚੱਲਦੀਆਂ ਨੇ। ਔਰ ਸ਼ਾਇਦ ਵਿਰਲੇ ਗੁਰਦੁਆਰੇ ਨੇ ਜਿਨ੍ਹਾਂ ਦੇ ਕੇਸ ਜਿਹੜੇ ਨੇ ਕੋਰਟਾਂ ਵਿੱਚ ਨਹੀਂ ਚੱਲਦੇ ਪਏ। ਪ੍ਰਬੰਧ ਕੀ ਕਰਨਗੇ, ਸੇਵਾ ਕੀ ਹੋਵੇਗੀ ਸਾਡੀ? ਇਸ ਲਈ ਇਹ ਸਾਰਾ ਕੁਝ ਹੋਇਆ ਵਾਪਰਿਆ। ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਜ਼ਰੂਰ ਸੁਚੇਤ ਹੋਵੋ। ਮੇਰੀਆਂ ਭੈਣਾਂ ਜਿਨ੍ਹਾਂ ਦੇ ਸਿਰ 'ਤੇ ਬਹੁਤ ਰਿਸਪੋਂਸੀਬਿਲਟੀ ਹੁੰਦੀ ਹੈ, ਬਹੁਤ ਜ਼ਿੰਮੇਵਾਰੀ ਹੁੰਦੀ ਹੈ, ਬੱਚਿਆਂ ਦੀ ਸੰਭਾਲ, ਘਰ ਦੀ ਸੰਭਾਲ, ਸਾਰੀ ਗੱਲ ਨੂੰ ਲਾਈਨ ਵਿੱਚ ਰੱਖਣਾ, ਲਾਈਨ ਵਿੱਚ ਰੱਖਣਾ, ਇਹ ਬੀਬੀ ਦੀ ਜ਼ਿੰਮੇਵਾਰੀ ਹੈ। ਤੁਸੀਂ ਕਹੋਗੇ ਭਾਈ ਸਾਹਿਬ ਹੋਰੀ ਵੀਰ ਜੀ ਹੁਣ ਸਾਡੇ 'ਤੇ ਜ਼ੋਰ ਪਾ ਰਹੇ ਨੇ, ਮੈਂ ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾ ਰਿਹਾ। ਔਰ ਮੈਂ ਪੂਰਾ ਯਕੀਨ ਰੱਖਦਾ ਜਿਸ ਘਰ ਦੇ ਵਿੱਚ ਬੀਬੀ ਬਾਣੀ ਪੜ੍ਹਨ ਵਾਲੀ ਹੈ, ਗੁਰੂ ਪੰਥ ਦੇ ਪਿਆਰ ਵਾਲੀ ਹੈ, ਉਸ ਵਿਹੜੇ ਦੇ ਵਿੱਚ ਰਹਿਣ ਵਾਲਾ ਨਾ ਕੋਈ ਪਤੀ ਅਤੇ ਨਾ ਕੋਈ ਭਰਾ ਅਤੇ ਨਾ ਕੋਈ ਪੁੱਤਰ ਅਤੇ ਨਾ ਕੋਈ ਪਿਤਾ ਪੰਥਕ ਵਿਹੜੇ ਤੋਂ ਬਾਹਰ ਚੱਲ ਸਕਦਾ ਹੈ। ਮੈਂ ਪੂਰਨ ਯਕੀਨ ਰੱਖਦਾ, ਤੁਸੀਂ ਪਰਤਾ ਕੇ ਦੇਖ ਲਿਆ ਜੇ, ਉਹ ਥਿੜਕਣਗੇ ਮਰਦ ਜਿਨ੍ਹਾਂ ਦਾ ਘਰ ਪੰਥਕ ਸੁਰ ਵਿੱਚ ਨਹੀਂ ਹੈਗਾ, ਉਹ ਥਿੜਕਣਗੇ। ਜਿਨ੍ਹਾਂ ਦਾ ਘਰ ਪੰਥਕ ਸੁਰ ਦੇ ਵਿੱਚ ਹੈ, ਉਹ ਕੋਈ ਮਰਦ ਨਹੀਂ ਥਿੜਕੇਗਾ, ਭਾਵੇਂ ਪੁੱਤਰ ਹੈ ਅਤੇ ਭਾਵੇਂ ਭਰਾ ਹੈ ਅਤੇ ਭਾਵੇਂ ਪਤੀ ਹੈ, ਕੋਈ ਹੋਵੇ ਭਾਵੇਂ। ਦੇਖੋ ਕਿਤਨੇ ਪਿਆਰੇ ਬਚਨ ਆਖੇ, ਆਪਾਂ ਦੁਹਰਾ ਲਈਏ, ਸ਼ਹੀਦਾਂ ਨੂੰ ਪ੍ਰਣਾਮ ਕਰੀਏ, ਸਜਦਾ ਕਰੀਏ, ਸ਼ਰਧਾਂਜਲੀ ਭੇਟ ਕਰੀਏ, ਦੀਵਾਨ ਦੀ ਸਮਾਪਤੀ ਕਰੀਏ। ਫਿਰ ਜਦੋਂ ਕਰਤਾਰ ਲੈ ਆਇਆ, ਤੁਹਾਡੇ ਦਰਸ਼ਨ ਕਰਨ ਦਾ ਅਵਸਰ ਪ੍ਰਾਪਤ ਹੋਇਆ, ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਸਭਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਤੁਸੀਂ ਜਿਵੇਂ ਉਤਸ਼ਾਹ ਦੇ ਨਾਲ ਚੱਲ ਰਹੇ ਹੋ ਅਤੇ ਬੜੇ ਕਾਰਜ ਕਰ ਰਹੇ ਹੋ, ਅੱਖਾਂ ਦੀਆਂ ਸੇਵਾਵਾਂ, ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਤੁਸੀਂ ਕਰ ਰਹੇ ਹੋ, ਇਹ ਬੱਚਿਆਂ ਦੇ ਲੋੜਵੰਦ ਪਰਿਵਾਰਾਂ ਨੂੰ ਮਦਦ ਕਰਦੇ ਹੋ, ਬੱਚਿਆਂ ਦੇ ਵਿਆਹ ਕਰਕੇ ਹੋਰ ਵੱਧ ਚੜ੍ਹ ਕੇ ਕਰੋ, ਸਭ ਕੁਛ ਕਰੋ। ਮਹਾਰਾਜ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਣ, ਗੁਰੂ ਦੀਆਂ ਸੰਗਤਾਂ ਨੂੰ ਸਾਰੇ ਰਸਨਾ ਪਵਿੱਤਰ ਕਰੋ ਅਤੇ ਬਚਨ ਚੇਤੇ ਕਰ ਲਓ, ਆਪਣੀਆਂ ਭੈਣਾਂ ਵਾਸਤੇ ਵੀ, ਆਪਣੇ ਭਰਾਵਾਂ ਦੇ ਵਾਸਤੇ ਵੀ। ਸਫਲ ਹੋ ਸਤਿਗੁਰ ਸੇਵਿਆ, ਸਫਲ ਹੋ ਗਿਆ। ਧੰਨ ਜਨਮ ਪ੍ਰਵਾਨ ਵਾਹਿਗੁਰੂ, ਇਸ ਤੋਂ ਅੱਗੇ ਕੀ ਆਖਿਆ ਜਾ ਸਕਦਾ? ਧੰਨ ਜਨਮ ਪ੍ਰਵਾਨ, ਜਿਨ੍ਹਾਂ ਸਤਿਗੁਰ ਜੀਵਦਿਆਂ ਮੋਇਆਂ ਨਾ ਵਿਸਰੇ ਸੇਈ ਪੁਰਖ ਸੁਜਾਨ, ਕੁੱਲ ਉਧਾਰੇ ਆਪਣਾ ਸੋ ਜਨ ਹੋਵੇ ਪ੍ਰਵਾਨ, ਗੁਰਮੁਖ ਮੂਹੇ ਜੀਵਦੇ। ਆਹ ਜਿਹੜੇ ਮਰ ਗਏ ਸ਼ਹੀਦ ਹੋਵੇ ਅਤੇ ਜਿਹੜੇ ਤੁਰੇ ਹੋਏ ਤੁਰੇ ਜਾਂਦੇ ਸ਼ਹੀਦ ਨੇ ਜੀਵਦੇ, ਗੁਰਮੁਖ ਮੂਹੇ ਜੀਵਦੇ ਪ੍ਰਵਾਨ ਹੈ। ਮਨਮੁਖ ਜਨਮ ਮਰਾਂ ਏ ਨਾਨਕ ਮੂਹੇ ਨਾ ਆਖੀਏ, ਕਿਹੜੇ ਗੁਰ ਕੈ ਸ਼ਬਦ ਸਮਾਹੇ ਜੇ, ਗੁਰ ਕੈ ਸ਼ਬਦ ਸਮਾਹੇ ਜੇ, ਗੁਰ ਕੈ ਸ਼ਬਦ। ਕਰੋ ਪਿਆਰ ਨਾਲ, ਨਾਨਕ ਮੂਹੇ ਨਾ ਆਖੀਏ, ਨਾਨਕ ਮੂਹੇ ਨਾ ਆਖੀਏ, ਨਾਨਕ। ਵਾਹ ਨਾਨਕ ਮੂਹੇ ਨਾ ਆਖੀਏ, ਨਾਨਕ ਮੂਹੇ ਨਾ ਆਖੀਏ, ਨਾਨਕ। ਜੇ ਗੁਰ ਕੈ ਸ਼ਬਦ ਸਮਾਹੇ ਜੇ, ਗੁਰ ਕੈ ਸ਼ਬਦ ਸਮਾਹੇ ਜੇ, ਗੁਰ ਕੈ ਸ਼ਬਦ।
ਜੇ ਗੁਰ ਕੈ ਸ਼ਬਦ ਸਮਾਹੇ ਜੇ ਗੁਰ ਕੈ ਸ਼ਬਦ ਸਮਾਹੇ ਜੇ ਗੁਰ ਕੈ ਸ਼ਬਦ ਅਜਬ ਕੁਛ ਢੰਗ ਸੇ ਵਿਗੜਾ ਹੈ ਨਿਜ਼ਾਮ ਚਮਨੇ ਆਪਣਾ ਲੇਕਿਨ ਗਿਲਿਆਂ ਨਾਲ ਕੀ ਹੋਵੇਗਾ ਪ੍ਰਧਾਨ ਜ਼ਿੰਮੇਵਾਰ ਹੈ ਜੀ ਸਕੱਤਰ ਜ਼ਿੰਮੇਵਾਰ ਹੈ ਜੀ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ ਜੀ ਅਕਾਲੀ ਦਲ ਜ਼ਿੰਮੇਵਾਰ ਹੈ ਜੀ ਲੀਡਰ ਜ਼ਿੰਮੇਵਾਰ ਹੈ ਜੀ ਨਾ ਗਿਲਾ ਸਯਾਦ ਸੇ ਹੈ ਨਾ ਸ਼ਿਕਵਾ ਹੈ ਮੁਕੱਦਰ ਸੇ ਸ਼ਿਕਵੇ ਛੱਡੋ ਅਤੇ ਆਪ ਕਮਰ ਕੱਸੇ ਕਰਕੇ ਭਾਈ ਵੀ ਭੈਣਾਂ ਵੀ ਸਾਰੀਆਂ ਇਸ ਵਿਗੜੇ ਹੋਏ ਨੂੰ ਸਵਾਰਨ ਦੇ ਲਈ ਯਤਨਸ਼ੀਲ ਹੋਵੋ ਇਵੇਂ ਕਰੋਗੇ ਨਨਕਾਣਾ ਸਾਹਿਬ ਦੇ ਸ਼ਹੀਦ ਵੀ ਉਹਨਾਂ ਦੀਆਂ ਰੂਹਾਂ ਵੀ ਪ੍ਰਸੰਨ ਹੋਣਗੀਆਂ ਗਿਆਨੀ ਜੀ ਹੋਣੀ ਹਾਂਜੀ ਗਿਆਨੀ ਜੀ ਗਿਆਨੀ ਮੇਵਾ ਸਿੰਘ ਜੀ ਬਾਹਰੋਂ ਅੱਖੋਂ ਨਹੀਂ ਦਿਸਦਾ ਸੀ ਹੁਣ ਪਰ ਤੁਸਾਂ ਨੇ ਕਿੰਨਾ ਪਿਆਰ ਮਾਣਿਆ ਉਹਨਾਂ ਦਾ ਪ੍ਰਸੰਨ ਨਹੀਂ ਹੋਣਗੇ ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਜੀ ਹੋਣੀ ਔਰ ਉਹ ਸੂਰਮਾ ਜਿਸ ਦੇ ਬਾਬਤ ਅਸੀਂ ਬੀਤੀ ਸ਼ਾਮ ਜ਼ਿਕਰ ਕੀਤਾ ਸੀ ਮੈਂ ਹੁਣ ਵੀ ਕਰਨਾ ਚਾਹੁੰਦਾ ਸਾਂ ਪਰ ਵਿਚਾਰਾਂ ਦੇ ਪ੍ਰਵਾਹ ਦੇ ਵਿੱਚ ਆਪਾਂ ਉਸ ਪਾਸੇ ਨਹੀਂ ਜਾ ਸਕੇ ਸ਼ਹੀਦ ਹੋਏ ਜਿਹੜੇ ਅਕਾਲੀ ਫੂਲਾ ਸਿੰਘ ਹੋਣੀ ਪ੍ਰਸੰਨ ਹੋਣਗੇ ਬਹੁਤ ਪ੍ਰਸੰਨ ਹੋਣਗੇ ਉਹਨਾਂ ਦੀਆਂ ਰੂਹਾਂ ਪ੍ਰਸੰਨ ਹੋਣਗੀਆਂ ਕਿ ਜਿਹੜੇ ਪਾਸੇ ਅਸੀਂ ਤੁਰੇ ਸਾਂ ਜਿਸ ਬਾਗ ਨੂੰ ਗੁਰੂ ਨਾਨਕ ਦੇ ਬਾਗ ਨੂੰ ਅਸਾਂ ਨੇ ਆਪਣਾ ਪਾਣੀ ਦਿੱਤਾ ਆਪਣੇ ਖੂਨ ਦਾ ਪਾਣੀ ਦਿੱਤਾ ਉਹ ਬਾਗ ਅੱਜ ਵੀ ਹਰਾ ਭਰਾ ਹੈ ਕਿਉਂਕਿ ਉਸਨੂੰ ਪਾਣੀ ਦੇਣ ਵਾਲੇ ਅੱਜ ਵੀ ਮੌਜੂਦ ਬੈਠੇ ਨੇ ਪ੍ਰਸੰਨ ਹੋਣਗੇ ਧੰਨਵਾਦ ਜਥੇਬੰਦੀ ਦਾ ਜਥੇਦਾਰ ਸਾਹਿਬ ਦਾ ਗੁਰੂ ਰੂਪ ਸੰਗਤਾਂ ਦਾ ਜਿਨ੍ਹਾਂ ਨੇ ਪਿਆਰ ਨਾਲ ਸਦਾ ਵਾਂਗੂ ਹੁਣ ਵੀ ਯਾਦ ਕੀਤਾ ਅਤੇ ਅਵਸਰ ਬਖਸ਼ਿਆ ਮਾਣ ਸਨਮਾਨ ਕੀਤਾ ਬਹੁਤ ਬਹੁਤ ਧੰਨਵਾਦ ਅਗਲਾ ਜਿਹੜਾ ਪ੍ਰੋਗਰਾਮ ਹੈ ਸੁਣ ਲਓ ਆਪਾਂ ਫਤਿਹ ਕਰੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਸਿੱਖ ਪੰਥ ਦੇ ਮਹਾਨ ਵਿਦਵਾਨ ਬੇਬਾਕ ਪ੍ਰਚਾਰਕ ਜਿਨ੍ਹਾਂ ਨੇ ਕਿ 102 ਸਾਲਾਂ ਬਾਅਦ ਨਨਕਾਣਾ ਸਾਹਿਬ ਦਾ ਸਾਕਾ ਸੰਗਤਾਂ ਦੇ ਸਨਮੁੱਖ ਰੱਖ ਕੇ ਜਿਵੇਂ ਅੱਜ ਹੀ ਇਹ ਸਾਕਾ ਵਰਤਿਆ ਹੋਵੇ ਇੱਦਾਂ ਦਾ ਜੋ ਵਰਤਾਰਾ ਹੈ ਸੰਗਤਾਂ ਨਾਲ ਸਾਂਝਾ ਕੀਤਾ ਹੈ ਗੁਰਬਾਣੀ ਵਿੱਚ ਸ਼ਬਦ ਹਨ